ਪੰਜਾਬ ਹੁਣ ਕਈ ਹਿੱਸਿਆਂ ਦੇ ਵਿੱਚ ਵੰਡਿਆ ਜਾ ਚੁੱਕਾ ਸਾਡੇ ਪੰਜਾਬੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਤਾਂ ਵਸਦਾ ਹੀ ਇੱਕ ਬਹੁਤ ਵੱਡਾ ਹਿੱਸਾ ਕਈ ਤਰ੍ਹਾਂ ਦੀਆਂ ਖੁਸ਼ੀਆਂ ਖੇੜੇ ਨੇ ਤੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਨੇ ਪਰ ਬਹੁਤਾ ਕੁਝ ਸਾਡਾ ਸਿਆਸਤ ਹੜਾ ਕੇ ਲੈ ਜਾਂਦੀ ਹੈ ਹੜ੍ਹ ਆਏ ਪਾਣੀ ਸੁੱਕ ਗਏ ਪਰ ਸਾਡੀ ਸਿਆਸਤ ਵਾਲੇ ਹੜ ਦਾ ਪਾਣੀ ਕਦੇ ਨਹੀਂ ਸੁੱਕਦਾ ਸਾਡੀ ਪੰਜਾਬੀਆਂ ਦੀ ਬਹੁਤੀ ਤਾਕਤ એનર્ਜੀ ਸਾਡਾ ਟਾਈਮ ਲੜਾਈਆਂ ਪੜਾਈਆਂ ਸਿਆਸਤ ਦੇ ਆਸ-ਪਾਸ ਰਹਿ ਜਾਂਦੀਆਂ ਤੇ ਅਸੀਂ ਜਿਹੜੇ ਸਾਡੇ ਭਾਈਚਾਰੇ ਦੇ ਸਾਹਮਣੇ ਮੌਜੂਦ ਮੁੱਦੇ ਨੇ ਜਿਹੜੇ ਸਾਡੇ ਸਾਹਮਣੇ ਆ ਪਹਾੜ ਬਣ ਕੇ ਖੜੇ ਆ ਮਾਉਂਟ ਐਵਰੇਸਟ ਵਾਂਗੂ ਅਸੀਂ ਕਈ ਵਾਰੀ ਉਹਨਾਂ ਦੇ ਸਨਮੁਖ ਹੁੰਦੇ ਹੀ ਨਹੀਂ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਸੋਚਣ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅੱਜ ਕੁਝ ਅਹਿਮ ਤੇ ਸਾਡੇ ਥੋੜੇ ਸਾਰਿਆਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਗੱਲਬਾਤ ਕਰਨੀ ਹੈ ਤੇ ਇਹ ਗੱਲਬਾਤ ਅਮਿਤੋਜ ਮਾਨ ਹੋਰੀਆਂ ਦੇ ਨਾਲ ਹੋਏਗੀ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਪਰਮੇਸ਼ ਸਿੰਘ ਬਾਠ ਤੁਹਾਡਾ ਸਵਾਗਤ ਕਰਦਾ ਅਮਿਤੋਜ ਮਾਨ ਹੋਰੀ ਜਦੋਂ ਇੰਡਸਟਰੀ ਦੇ ਵਿੱਚ ਆਏ ਸੀ ਫਿਲਮ ਇੰਡਸਟਰੀ ਦੇ ਵਿੱਚ ਆਏ ਸੀ ਤੇ ਉਹਦੇ ਤੋਂ ਬਾਅਦ ਫਿਰ ਜੂਜਦਾ ਪੰਜਾਬ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਸੀਂ ਦੋ ਸ਼ਬਦ ਸੁਣੇ ਤੇ ਉਹਦੇ ਅਧੀਨ ਬਹੁਤ ਸਾਰੇ ਪੰਜਾਬ ਦੇ ਗੰਭੀਰ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਇੱਕ ਪਲੇਟਫਾਰਮ ਸਿਰਜਿਆ ਗਿਆ ਇੱਕ ਯਤਨ ਕੀਤਾ ਗਿਆ ਤੇ ਕਈ ਯਤਨ ਉਹ ਹੁੰਦੇ ਆ ਜਿਹੜੇ ਹੌਲੀ 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 ਤੁਹਾਨੂੰ ਕਰਨੇ ਪੈਂਦੇ ਆ ਤੇ ਉਹਦੇ ਨਤੀਜੇ ਭਾਵੇਂ ਧੀਰ ਦੇ ਨਾਲ ਆਉਣ ਪਰ ਚੰਗੇ ਆਉਂਦੇ ਆ ਜੂਜਦਾ ਪੰਜਾਬ ਦੇ ਅੰਗ ਸੰਗ ਵੀ ਰਹਾਂਗੇ ਕੁਝ ਫਿਲਮ ਇੰਡਸਟਰੀ ਦੀ ਗੱਲ ਬਈ ਹੋਏਗੀ ਸਾਡੀ ਤੁਹਾਡੀ ਸਾਰਿਆਂ ਦੇ ਘਰਾਂ ਦੀ ਵਿਹੜਿਆਂ ਦੀ ਗੱਲ ਸਾਡੇ ਭੂਇਕ ਦੀ ਗੱਲਬਾਤ ਹੋਏਗੀ ਹਮਤੋਜ ਬਾਜੀ ਸਾਸਿਕਾ ਸਾਸਿਕਾ ਸੇਤਾ ਕਿਵੇਂ ਨੇ ਜੀ ਐ ਕੈਮ ਜਵਾਨੀ ਚਲੋ ਬਹੁਤ ਸੋਹਣਾ ਹਮਤੋਜ ਬਾਜੀ ਕਹੇ ਮੇਰਾ ਖਿਆਲ ਆ ਕਿ ਆਪਾਂ 8-9 ਮਹੀਨੇ ਬਾਅਦ ਹੀ ਦੁਬਾਰਾ ਬੈਠੇ ਹਾਂ ਸਟੂਡੀਓ ਦੇ ਵਿੱਚ ਤੇ ਅੱਜ ਕੋਈ ਵਿਸ਼ਾ ਨਹੀਂ ਅੱਜ ਗੱਲਾਂ ਖੁੱਲੀਆਂ ਠੀਕ ਹੈ ਜੀ ਜਦੋਂ ਕੋਈ ਵਿਸ਼ਾ ਨਾ ਹੋਵੇ ਉਦੋਂ ਬਹੁਤ ਸਾਰੇ ਵਿਸ਼ੇ ਹੁੰਦੇ ਬਹੁਤ ਸਾਰੇ ਉਹੀ ਸੀ ਵੀ ਇੱਕ ਚਾਪਾ ਬੰਦ ਕੇ ਨਹੀਂ ਰੱਖਣਾ ਇਸ ਚੀਜ਼ ਨੂੰ ਹਮ ਮੈਂ ਸਭ ਤੋਂ ਪਹਿਲਾਂ ਤਾਂ ਇੱਕ ਆਸ ਉਮੀਦ ਦੀ ਗੱਲ ਤੁਹਾਡੇ ਤੋਂ ਪੁੱਛਣੀ ਐ ਬਹੁਤ ਸਾਰੇ ਲੋਕ ਜਦੋਂ ਵਿਦੇਸ਼ਾਂ 'ਚ ਬੈਠੇ ਹੁੰਦੇ ਆ ਮੈਂ ਪਿੱਛੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਕੈਨੇਡਾ ਥੋੜਾ ਜਿਹਾ ਯੂ ਐਸ ਏ 'ਚ ਗਏ ਆ ਇਹ ਚਾਰੇ ਦੇਸ਼ ਪੰਜਾਬੀਆਂ ਦੇ ਨਾਲ ਭਰੇ ਹੋਏ ਨੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ 'ਚ ਹੈ ਨਹੀਂ ਕੁਝ ਵੀ ਪੰਜਾਬ 'ਚ ਹੁਣ ਗੱਲ ਨਹੀਂ ਰਹੀ ਪਈ ਪਹਿਲਾਂ ਵਾਲੀ ਉੱਥੇ ਕੁਝ ਨਹੀਂ ਹੋ ਸਕਦਾ ਬਹੁਤ ਸਾਰਿਆਂ ਦੀ ਗੱਲ ਸੀ ਸਾਰਿਆਂ ਦੀ ਨਹੀਂ ਹਮ ਤੇ ਚਲੋ ਮੈਂ ਕਿਹਾ ਵੀ ਠੀਕ ਹੈ ਉਹਨਾਂ ਦੀ ਗੱਲ ਮੰਨਣੀ ਪੈਂਦੀ ਜੇ ਤੁਸੀਂ ਬੰਦਾ ਸਾਹਮਣੇ ਹੋਵੇ ਪਰ ਇੱਥੇ ਆ ਕੇ ਦੇਖਿਆ ਤਾਂ ਐਂ ਲੱਗਦਾ ਸੀ ਕਿ ਇਦਾਂ ਨਹੀਂ ਹੈ ਮਾੜੇ ਲੋਕਾਂ ਦੀ ਇੱਥੇ ਘਾਟ ਕੋਈ ਨਹੀਂ ਪਰ ਚੰਗੇ ਲੋਕਾਂ ਦੀ ਗਿਣਤੀ ਉਹਨਾਂ ਤੋਂ ਵੀ ਵੱਧ ਹੈ ਤੇ ਜੇ ਆਪਾਂ ਕਹਿ ਦਈਏ ਪੰਜਾਬ 'ਚ ਕੁਝ ਹੈ ਨਹੀਂ ਤੇ ਜਿਹੜੇ ਚੰਗਾ ਕੰਮ ਕਰਦੇ ਆ ਕੋਈ ਬੂਟੇ ਲਾਈ ਜਾਂਦਾ ਕੋਈ ਖੇਡਾ ਖੜਾਈ ਜਾਂਦਾ ਤੇ ਕੋਈ ਲੋਕਾਂ ਦੇ ਲਈ ਲੜੀ ਜਾਂਦਾ ਕੋਈ ਜ਼ਖਮੀ ਨੂੰ ਚੱਕ ਕੇ ਹਸਪਤਾਲ ਛੱਡਦਾ ਫਿਰ ਤਾਂ ਉਹਨਾਂ ਦੇ ਨਾਲ ਸਿੱਧਾ ਅਨਿਆਏ ਕਰ ਰਹੇ ਆਪਾਂ ਅਮਿਤੋਜ ਮਾਨ ਹੋਰੀ ਪੰਜਾਬ ਦੇ ਵਰਤਮਾਨ ਨੂੰ ਕਿਵੇਂ ਦੇਖਦੇ ਆ ਕਿ ਇਹਦੇ ਵਿੱਚੋਂ ਕੋਈ ਆਸ ਉਮੀਦ ਹੈ ਜਾਂ ਨਹੀਂ ਦੇਖੋ ਆ ਕਹਿਣਾ ਕਿ ਇੱਥੇ ਕੁਝ ਨਹੀਂਗਾ ਜੀ ਇਹ ਉਹਨਾਂ ਦਾ ਆਪਦੀ ਕੀਤੀਆਂ ਹੋਈਆਂ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕਰਨੀਆਂ ਹੈ ਜੀ ਉਹਦੀ ਜਸਟੀਫਿਕੇਸ਼ਨ ਹੈ ਠੀਕ ਹੈ ਮੈਨੂੰ ਇਹ ਦੱਸੋ ਲੈ ਵੀ ਪੰਜਾਬ ਦੀ ਧਰਤੀ ਲੈ ਗਿਆ ਕੋਈ ਚੱਕ ਕੇ ਜਾਂ ਕੋਈ ਪਾਣੀ ਲੈ ਗਿਆ ਪਾਣੀ ਤਾਂ ਜਿਹੜੀ ਚੋਰੀ ਪਹਿਲਾਂ ਹੋ ਰਹੀ ਸੀ ਉਹੀ ਹੁਣ ਹੋ ਰਹੀ ਹੈ ਜੋ ਅਸੀਂ ਇੱਥੇ ਬਜਾਈ ਕਰਦੇ ਸੀ ਕਟਾਈ ਕਰਦੇ ਸੀ ਕਮਾਈ ਕਰਦੇ ਸੀ ਉਹ ਉਵੇਂ ਹੀ ਹੈ ਜੀ ਤਾਂ ਫਿਰ ਗਿਆ ਕਿੱਧਰ ਗੱਲ ਕੀ ਹੈ ਸਾਡੇ ਸੋਚਣ ਦਾ ਫਰਕ ਆ ਗਿਆ ਸਾਨੂੰ ਲੱਗਦਾ ਹੈ ਉੱਥੇ ਜਾ ਕੇ ਜਿਹੜਾ ਫਿਊਚਰ ਹੈ ਬੈਟਰ ਹੈ ਜੀ ਇਸ ਲਈ ਇਹਨੂੰ ਛੱਡਣਾ ਹੈ ਹਮਮ ਵਰਨਾ ਪੰਜਾਬ ਉਵੇਂ ਹੀ ਹੈ ਇਹ ਗੁਰੂਆਂ ਦੇ ਨਾਂ ਤੇ ਪਹਿਲਾਂ ਸੀ ਜੀ ਗੁਰੂਆਂ ਦੇ ਨਾਂ ਤੇ ਹੀ ਹੋਣਾ ਤੇ ਗੁਰੂਆਂ ਦੇ ਨਾਂ ਤੇ ਹੀ ਰਹਿਣਾ ਅਸੀਂ ਜਦੋਂ ਆਪ ਦੇ ਆਪ ਨੂੰ ਜਸਟੀਫਾਈ ਕਰਨਾ ਹੁੰਦਾ ਹੈ ਜਦੋਂ ਅਸੀਂ ਭੱਜਣਾ ਹੁੰਦਾ ਹੈ ਕਿਤੋਂ ਰਣ ਛੋੜ ਬੜ ਨਾ ਹੁੰਦਾ ਜੀ ਉਦੋਂ ਅਸੀਂ ਇਹ ਬਹਾਨੇ ਲੱਭਣ ਲੱਗ ਜਾਂਦੇ ਆ ਫਿਰ ਸਾਨੂੰ ਲੱਗਦਾ ਇੱਥੋਂ ਚੱਲ ਗਏ ਬਲਕਿ ਜੇ ਤੁਹਾਨੂੰ ਕੋਈ ਇੱਥੇ ਗੜਬੜ ਲੱਗ ਰਿਹਾ ਤਾਂ ਜ਼ਿਆਦਾ ਜ਼ਰੂਰਤ ਹੈ ਯਾਰ ਤੁਹਾਡੀ ਹੂੰ ਰੁਕੋ ਔਰ ਰੋਕ ਕੇ ਉਹਨੂੰ ਬਦਲੋ ਬਿਲਕੁਲ ਠੀਕ ਇਹ ਤੁਹਾਡੀ ਧਰਤੀ ਹੈ ਇਹ ਤੁਹਾਡਾ ਪਾਣੀ ਹੈ ਇਹ ਤੁਹਾਡੇ ਲੋਕ ਨੇ ਤੁਸੀਂ ਨਹੀਂ ਬਦਲੂਗੇ ਤਾਂ ਕੌਣ ਬਦਲੂਗਾ ਯਾਰ ਇਹ ਭੱਜਣ ਦੇ ਜਿਹੜੇ ਬਹਾਨੇ ਬਣਾ ਰੱਖੇ ਨੇ ਨਾ ਹੋਰ ਛੱਡੋ ਸਾਡੇ ਕਲਾਕਾਰ ਭਾਈ ਜੀ ਹਰ ਬੰਦਾ ਜਾ ਕੇ ਉੱਥੇ ਕੈਨੇਡਾ ਚ ਪੀਆਰ ਲੈ ਰਿਆ ਕੰਮ ਇੱਥੇ ਕਰਨਾ ਉਹ ਫਿਰ ਉਹੀ ਗੱਲ ਆ ਜਾਂਦੀ ਹੈ ਭੋਂਕੜਾਂ ਨਾਲ ਬੰਗਾ ਖਾਣਾ ਕਸਾਈਆਂ ਦੇ ਭੋਂਕੜਾਂ ਨਾਲ ਹਲਵਾਈਆਂ ਦੇ ਇਹ ਕੋਈ ਗੱਲ ਹੋਈ ਯਾਰ ਜੇ ਤੁਸੀਂ ਕੰਮ ਇੱਥੇ ਕਰਨਾ ਹੈ ਚਾਹੇ ਫਿਲਮ ਜ਼ੋਨ ਚਾਹੇ ਗਾਣੇ ਹੋਣ ਜਾਂ ਕੋਈ ਹੋਰ ਸ਼ੋਭਾ ਹੋਵੇ ਕਲਾ ਨਾਲ ਜੁੜਿਆ ਕੰਮ ਤੁਸੀਂ ਪੰਜਾਬ ਨੂੰ ਜੋੜ ਕੇ ਕਰਨਾ ਉੱਥੇ ਵੀ ਪੰਜਾਬੀ ਅਦਾ ਕਰਨਾ ਹੈ ਰਹਿਣਾ ਉੱਥੇ ਜਾ ਕੇ ਆ ਦੋ ਜਗ੍ਹਾ ਦੇ ਖਰਚੇ ਚ ਕਰਦੇ ਹੋ ਤੁਸੀਂ ਉੱਥੇ ਵੀ ਫੈਮਿਲੀ ਚਲਾਉਣੀ ਹੋ ਇੱਥੇ ਵੀ ਚਲਾਉਣੀ ਹੋ ਔਰ ਫਿਰ 15 20 ਸਾਲ ਬਾਅਦ ਆਣੀ ਹੋ ਅਸੀਂ ਤਾਂ ਯਾਰ ਇਸੇ ਚ ਹੀ ਮਰ ਗਏ ਜੀ ਕਿਉਂ ਕਰਦੇ ਹੋ ਏ ਇੱਥੇ ਰੋ ਇੱਥੇ ਕਰੋ ਕੰਮ ਔਰ ਜਿਹੜੀ ਚੀਜ਼ ਤੁਹਾਨੂੰ ਖਰਾਬ ਲੱਗ ਰਹੀ ਹੈ ਸਭ ਤੋਂ ਵੱਡਾ ਦੋਸ਼ ਪਤਾ ਕੀ ਲਾਉਂਦੇ ਨੇ ਸਾਡੇ ਲੋਕ ਸਿਸਟਮ ਖਰਾਬ ਹੈ ਜੀ ਜੀ ਤਾਂ ਸਿਸਟਮ ਬਦਲੂਗਾ ਕੌਣ ਜਿਹੜੇ ਲੋਕ ਸਿਸਟਮ ਨੂੰ ਬਦਲਦੇ ਨੇ ਉਹਨਾਂ ਨੂੰ ਚੁੰਦੇ ਤਾਂ ਤੁਸੀਂ ਹੋ ਜੀ ਤੇ ਚੁੰਨ ਵੇਲੇ ਆਪ ਰੌਲਾ ਪਾਓ ਆਪਦੇ ਨੇੜੇ ਤੇੜੇ ਨੂੰ ਜਾਗਰਿਤ ਕਰੋ ਕਿ ਆਪਾਂ ਇਹਨਾਂ ਨੂੰ ਬਦਲਣਾ ਹੈ ਫਿਰ ਤੁਸੀਂ ਕਹੋਗੇ ਜੀ ਬਦਲੇ ਤਾਂ ਸੀ ਪੂਰੇ ਬਦਲੇ ਨਹੀਂ ਉਹ ਉੱਥੇ ਜਾ ਕੇ ਬਦਲ ਗਏ ਕੋਈ ਗੱਲ ਨਹੀਂ ਇੱਕ ਵਾਰੀ ਸਹੀ ਦੋ ਵਾਰੀ ਸਹੀ ਤਿੰਨ ਵਾਰੀ ਸਹੀ ਨਿਰੰਤਰ ਬਦਲਾਵਲ ਵਧੋ ਫਿਰ ਵੇਖੋ ਜੇ ਤੁਹਾਡੇ ਮਨ ਪਾਉਂਦੀ ਸਰਕਾਰ ਆਜੂ ਜੀ ਤੁਰੋ ਤਾਂ ਸਹੀ ਤੁਰੋ ਤਾਂ ਸਹੀ ਇੱਕ ਅਮਤੋਜਪਾ ਜੀ ਜਦੋਂ ਜੂਜ ਦਾ ਪੰਜਾਬ ਵਿੱਚ ਸ਼ੁਰੂ ਕੀਤਾ ਗਰੁੱਪ ਬਣਿਆ ਇੱਕ ਲਾਈਕ ਮਾਈਂਡਡ ਲੋਕਾਂ ਦਾ ਕਿ ਭਾਈ ਪੰਜਾਬ ਦੇ ਵਿੱਚ ਲੋਕ ਮੁੱਦਿਆਂ ਤੇ ਚਰਚਾ ਹੋਵੇ ਸਿਆਸਤ ਦਾ ਲੋਕ ਰੁੱਦਿਆਂ ਤੇ ਹੋਣ ਉਦੋਂ ਪੰਜਾਬ ਭਰ ਤੋਂ ਲੋਕਾਂ ਦਾ ਹੰਗਾਰਾ ਮਿਲਿਆ ਸੀ ਆਮ ਲੋਕਾਂ ਦਾ ਉਹਨਾਂ ਨੇ ਜਣੀ ਮੈਂ ਇਹਦੇ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਸਾਰੇ ਲੋਕ ਸਿਆਸਤਦਾਨਾਂ ਦੇ ਅਨੇ ਭਗਤ ਨਹੀਂ ਹੁੰਦੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਉਦੋਂ ਲੋਕਾਂ ਦੇ ਕੋਈ ਈਮੇਲ ਕੋਈ ਸਨੇਹੇ ਆਉਂਦੇ ਸੀ ਕਿ ਭਾਈ ਤੁਸੀਂ ਠੀਕ ਕਰ ਰਹੇ ਬਿਲਕੁਲ ਆਏ ਨੇ ਅੱਜ ਵੀ ਅਸੀਂ ਉਹਨਾਂ ਦੇ ਟੱਚ ਅਚ ਹੈ ਜੀ ਉਹਨਾਂ ਦੀਆਂ ਮੇਲਸ ਆਈਆਂ WhatsApp ਗਰੁੱਪ ਬਣਾਏ ਅਸੀਂ ਉਹਨਾਂ ਦੀਆਂ ਮੀਟਿੰਗਸ ਕੀਤੀਆਂ ਅਸੀਂ ਜਾ ਜਾ ਕੇ ਉਹਨਾਂ ਦੇ ਸ਼ਹਿਰਾਂ 'ਚ ਕੀਤੀਆਂ ਜਾ ਕੇ ਅੱਜ ਉਹੀ ਲੋਕ ਨੇ ਉਹਨਾਂ ਲੋਕਾਂ ਨੂੰ ਸਾਹਮਣੇ ਵੇਖ ਕੇ ਇਹ ਲੋਕ ਕਹਿੰਦੇ ਨੇ ਡਿਸਕਸ਼ਨ ਦੀ ਗੱਲ ਕਰਨੀ ਹੈ ਚਾਹੇ ਉਹ ਮੁੱਖ ਮੰਤਰੀ ਦੀ ਡਿਸਕਸ਼ਨ ਕੋਈ ਵੀ ਉਹਨੂੰ ਤੁਸੀਂ ਰੂਪ ਦੇ ਲੋ ਬਟ ਡਿਸਕਸ਼ਨ ਨਿਕਲੀ ਤਾਂ ਸਹੀ ਸ਼ਬਦ ਨਿਕਲਿਆ ਅੱਗੇ ਤੁਰਿਆ ਸ਼ਬਦ ਤਾਂ ਆਇਆ ਅੱਗੇ ਤੁਰਿਆ ਤਾਂ ਸਹੀ ਲੈ ਵੀ ਕੋਈ ਡਿਸਕਸ਼ਨ ਵੀ ਹੁੰਦੀ ਹੈ ਪੰਜਾਬ ਦੇ ਮੁੱਦਿਆਂ ਬਾਰੇ ਪਹਿਲਾਂ ਅਸੀਂ ਕਿਤੇ ਅਸੈਂਬਲੀ 'ਚ ਸੁਣਦੇ ਸੀ ਕੀ ਹੋ ਰਿਹਾ ਕੀ ਬੋਲਿਆ ਜਾ ਰਿਹਾ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਜੀ ਨਾ ਸਾਨੂੰ ਆਪਦੇ ਮੁੱਦਿਆਂ ਦਾ ਪਤਾ ਸੀ ਹਾਂ ਜਦੋਂ ਅਸੀਂ ਮੁੱਦੇ ਸਾਹਮਣੇ ਰੱਖ ਰਹੀ ਸੀ ਸਾਨੂੰ ਉਦੋਂ ਵੀ ਪਤਾ ਸੀ ਕਿ ਇਹਨਾਂ ਦਾ ਇੱਕੇ ਦਮ ਹੀ ਸਾਰਾ ਹੁੰਗਾਰਾ ਆ ਜਾਊਗਾ ਔਰ ਇੱਕ ਪੰਜਾਬ 'ਚ ਇਨਕਲਾਬ ਹੋ ਜਾਊਗਾ ਸੋਚਣ ਦੇ ਪੁਆਇੰਟ ਆਫ View ਤੋਂ ਉਹ ਨਹੀਂ ਹੋਣਾ ਹੌਲੀ 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 ਹੋਣਾ ਤੁਸੀਂ ਮੈਨੂੰ ਦੱਸੋ ਅਮਰੀਕਾ ਕੀ ਪਹਿਲੇ ਦਿਨ ਬਦਲ ਗਿਆ ਸੀ ਅਮਰੀਕਾ 'ਚ ਵੂਮਨ ਨੂੰ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਹੀ ਨਹੀਂ ਸੀ ਨਹੀਂ ਸੀ ਠੀਕ ਹੈ ਫਿਰ ਉਹਨਾਂ ਦੇ ਵਿਚਾਰੀ ਜਿਹੜੇ ਬਲੈਕ ਸੀਗੇ ਉਹਨਾਂ ਨੂੰ ਅਧਿਕਾਰ ਨਹੀਂ ਸੀ ਹੌਲੀ ਹੌਲੀ ਬਦਲੇ ਨਾ ਜੀ ਬਦਲਦੇ ਬਦਲਦੇ ਅੱਜ ਦੁਨੀਆ ਦੀ ਸਭ ਤੋਂ ਵਿਕਸਤ ਡੈਮੋਕ੍ਰੇਸੀ ਹੈ ਤਾਂ ਸਾਡੀ ਕਿਉਂ ਨਹੀਂ ਹੋ ਸਕਦੀ ਸਾਨੂੰ ਤੁਰਨਾ ਤਾਂ ਪਊ ਅਸੀਂ ਇਹ ਕਹਿ ਦਈਏ ਕਿ ਨਹੀਂ ਨਹੀਂ ਇਹ ਨਹੀਂ ਹੋ ਸਕਦੀ ਅਸੀਂ ਬਾਹਰ ਚੱਲੇ ਤਾਂ ਤੁਸੀਂ ਕੌਣ ਹੋਏ ਯਾਰ ਫਿਰ ਰਨ ਛੋੜ ਹੋਏ ਭੱਜੂ ਹੋਏ ਹਾਂ ਭੱਜਣ ਵਾਲੇ ਹੋਗੇ ਮੈਦਾਨ ਛੱਡ ਕੇ ਤਾਂ ਸਾਡੀ ਅਸੀਂ ਕਿਸੇ ਨਹੀਂ ਭੱਜੇ ਸੀ ਯਾਰ ਸਾਨੂੰ ਇੱਥੇ ਖੜਨਾ ਪਊਗਾ ਸਾਨੂੰ ਇਹ ਗੱਲਾਂ ਕਰਨੀਆਂ ਪੈਣਗੀਆਂ ਜਿਵੇਂ ਅੱਜ ਬਹੁਤ ਲੋਕ ਆਂਦੇ ਨੇ ਕਿ ਜੀ ਝੋਨੇ ਦੀ ਬਜਾਈ ਤੋਂ ਹਟਿਏ ਜੀ ਝੋਨੇ ਦੀ ਬਜਾਈ ਤੋਂ ਹਟ ਕੇ ਫਿਰ ਆਲਟਰਨੇਟਿਵ ਕੀ ਤੁਹਾਡੇ ਕੋਲੇ ਜੇ ਤੁਸੀਂ ਸਬਜ਼ੀਆਂ ਲਾਉਣੀਆਂ ਹਨ ਉਹਨਾਂ ਵਾਲੇ ਪਾਸੇ ਤੁਰਨਾ ਤਾਂ ਸਬਜ਼ੀਆਂ ਦੀ ਖਪਤ ਕਿੱਥੇ ਹੋਊਗੀ ਜੀ ਕਿਵੇਂ ਜਾਣ ਗੀਆਂ ਬਾਹਰ ਉਹ ਮਾਰਕੀਟ ਕਿਵੇਂ ਲੱਭਾਂਗੇ ਮਾਰਕੀਟ ਹੈਗੀ ਆ ਅਵੇਲੇਬਲ ਹੈ ਦੁਨੀਆ ਦੇ ਕਿੰਨੇ ਦੇਸ਼ ਨੇ ਜੇ ਬ੍ਰਾਜ਼ੀਲ ਤੋਂ ਅਮਰੀਕਾ ਪਹੁੰਚ ਸਕਦੀਆਂ ਸਬਜ਼ੀਆਂ ਤਾਂ ਸਾਡੇ ਇੱਥੋਂ ਗੋਲਫ ਚ ਨਹੀਂ ਪਹੁੰਚ ਸਕਦੀ ਦੁਬਈ ਜਾ ਸਕਦੀਆਂ ਦੁਬਈ ਜਾ ਸਕਦੀਆਂ ਨੇ 사우ਦੀ ਜਾ ਸਕਦੀਆਂ ਨੇ ਉਹਦੇ ਲਈ ਜ਼ਰੂਰਤ ਕੀ ਤੁਹਾਨੂੰ 에어ਪੋਰਟਸ ਦੀ ਉੱਥੇ ਕੈਟ ਥੀਰੀ ਫੈਸਿਲਿਟੀ ਹੋਵੇ ਕਦੋਂ ਵੀ ਜਹਾਜ਼ ਉਤਰ ਸਕਣ ਚੜ੍ਹ ਸਕਣ ਇਹਨਾਂ ਗੱਲਾਂ ਨੂੰ ਜਦੋਂ ਅਸੀਂ ਆਪਦੇ ਐਮ.ਐਲ.ਏ ਨੂੰ ਕਹਾਂਗੇ ਐਮ.ਐਲ.ਏ ਮਨਿਸਟਰਸ ਤੇ ਮੁੱਖ ਮੰਤਰੀ ਨੂੰ ਕਹਿਣਗੇ ਤਾਂ ਮੁੱਖ ਮੰਤਰੀ ਸੈਂਟਰ ਵਾਲਿਆਂ ਤੋਂ ਇਹ ਫੈਸਿਲਿਟੀਆਂ ਮੰਗੂਗਾ ਤਾਂ ਹੀ ਸਾਡੇ ਹਾਲਾਤ ਬਦਲਣਗੇ ਇਹ ਚੇਤਨਾ ਸਾਨੂੰ ਬਣਾਉਣੀ ਪੈਣੀ ਬਣਾਉਣੀ ਪੈਣੀ ਲੋਕ ਲੋ ਸਵਾਲ ਕਰਨ ਲੱਗੇ ਸੀ ਪਿੱਛੇ ਕਿਉਂਕਿ ਲੀਡਰ ਆਉਂਦੇ ਸੀ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕੀਤੇ ਆਪ ਜਿੱਤੀ ਕਿਵੇਂ ਹੈ ਆਪ ਜਿੱਤੀ ਕਿਵੇਂ ਹੈ ਜੀ ਚਾਹੇ ਉਹ ਅਸੀਂ ਹੋਈਏ ਚਾਹੇ ਉਹ ਕਿਸਾਨ ਅੰਦੋਲਨ ਹੋਵੇ ਚਾਹੇ ਤੁਹਾਡੇ ਵਰਗੇ ਲੋਕ ਜੋ ਹਰ ਰੋਜ਼ ਇੱਥੇ ਬੈਠ ਕੇ ਬੋਲਦੇ ਨੇ ਉਹ ਹੋਣ ਇਹ ਉਹਨਾਂ ਦੀ ਬਤੌਲਤ ਜਿੱਤੀ ਹੈ ਵਰਨਾ ਉਹ ਐ ਤਾਂ ਨਹੀਂ ਜਿੱਤ ਗਈ ਸ਼ਗੂਫਾ ਤਾਂ ਨਹੀਂ ਪੈਦਾ ਹੋ ਗਿਆ ਆਪ ਤੱਕ ਕਦੇ ਹੀ ਤੀਰ ਕੋ ਮਾਰਿਆ ਨਹੀਂ ਐ ਤਾਂ ਨਹੀਂ ਮਾਰਿਆ ਉਹ ਜਦੋਂ ਬੋਲਦੇ ਰਹੇ ਲੋਕਾਂ ਨੂੰ ਲੱਗਿਆ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਉਹਨਾਂ ਨੂੰ ਹਰਾਉਣਾ ਨਵਿਆਂ ਨੂੰ ਦਿਟਾਉਣਾ ਜਿਹੜੇ ਚੀਜ਼ਾਂ ਕਰ ਸਕਣ ਹੁਣ ਆਪ ਕਿੰਨਾ ਕੁ ਕਰ ਪਾਈ ਇਹ ਇੱਕ ਅਡਵਿਸ਼ ਹੈ ਅਡਵਿਸ਼ ਹੈ ਇਹਨੂੰ ਅੱਡ ਡਿਸਕਸ ਕੀਤਾ ਜਾ ਸਕਦਾ ਕਿ ਉਹਨਾਂ ਨੇ ਕੀਤਾ ਜਾਂ ਨਹੀਂ ਕੀਤਾ ਪਰ ਲੋਕ ਤਾਂ ਉਸ ਬਦਲਾਵ ਲਈ ਤਿਆਰ ਹੋ ਗਏ ਸੀ ਲੋਕਾਂ ਨੇ ਕੰਮ ਕਰਤਾ ਲੋਕਾਂ ਨੇ ਆਪਦਾ ਇਨਕਲਾਬ ਲਿਆਤਾ ਜੀ ਸਾਨੂੰ ਲੋਕਾਂ ਨੂੰ ਇਹ ਕਹਿੰਦੇ ਰਹਿਣਾ ਪੈਣਾ ਜੇ ਤਾਂ ਕਰਤਾ ਤਾਂ ਠੀਕ ਹੈ ਜੇ ਨਹੀਂ ਕੀਤਾ ਤਾਂ ਨਰਾਸ਼ ਨਹੀਂ ਹੋਣਾ ਜੀ ਇਸ ਨਿਰੰਤਰ ਬਦਲਾਵ ਨੂੰ ਚਾਲੂ ਰੱਖਣਾ ਚਾਲੂ ਰੱਖਣਾ ਇਕਲੀ ਤਾਂ ਤੁਮ ਤੁਮ ਨਹੀਂ ਤਾਂ ਤਨ ਇੱਕ ਤੁਮ ਨਹੀਂ ਤਾਂ ਕੋਈ ਔਰ ਸਹੀ ਔਰ ਨਹੀਂ ਤਾਂ ਔਰ ਸਹੀ ਬਿਲਕੁਲ ਠੀਕ ਹੈ ਅਸੀਂ ਅਚੀਵ ਕਰਾਂਗੇ ਜੋ ਸਾਨੂੰ ਚਾਹੀਦਾ ਹੈ ਜੋ ਸਾਨੂੰ ਚਾਹੀਦਾ ਹੈ ਇੱਕ ਕਮਤੋਜ ਪਾ ਜੀ ਮੈਨੂੰ ਕਦੇ-ਕਦੇ ਲੱਗਿਆ ਮੈਨੂੰ ਆਪਣੇ ਆਪ ਚ ਕਮੀ ਲੱਗੀ ਤੇ ਮੇਰੇ ਵਰਗੇ ਬਹੁਤ ਸਾਰੇ ਹੋਰ ਨੇ ਜੀ ਅਸੀਂ ਦੂਸਰੇ ਦੀ ਗੱਲ ਸੁਣਨੋਂ हट ਗਏ ਮੈਂ ਕਦੇ-ਕਦੇ ਸੋਚਦਾ ਹੁੰਨਾ ਕਿ ਅਸੀਂ ਚਾਰ ਜਣੇ ਵੀ ਮਹਿਫਲ ਚ ਇਹ ਸੱਜਣ ਮਿੱਤਰ ਬੈਠੇ ਆ ਰਿਸ਼ਤੇਦਾਰ ਬੈਠੇ ਪਰਿਵਾਰ ਦੇ ਮੈਂਬਰ ਬੈਠੇ ਆ ਮਨਨ ਲੋ ਸਭ ਤੋਂ ਛੋਟੀ ਗੱਲ ਹੈ ਕਿ ਘਰ ਦੇ ਵਿੱਚ ਗੈਸ ਸਟੋਵਲਾ ਬਦਲਣਾ ਮੈਂ ਕਹਿਣਾ ਕਿ ਆ ਠੀਕ ਹੁੰਦਾ ਜੇ ਤੁਸੀਂ ਕਹਿ ਦਿੱਤਾ ਨਹੀਂ ਦੂਸਰਾ ਠੀਕ ਹੁੰਦਾ ਮੈਨੂੰ ਜੇ ਲੱਗਿਆ ਵੀ ਕਿ ਅਮਿਤੋਜ ਭਾਜੀ ਦੀ ਗੱਲ ਠੀਕ ਹੈ ਇਹਦੇ ਬਾਵਜੂਦ ਵੀ ਮੈਂ ਆਪਣੀ ਗੱਲ ਨੂੰ ਜਸਟੀਫਾਈ ਕਰਨ ਦੇ ਲਈ ਉਦਾਹਰਨਾਂ ਦੇਣੀ ਆ ਕਿ ਮੈਂ ਦੂਸਰੇ ਦੀ ਚੰਗੀ ਗੱਲ ਨੂੰ ਵੀ ਐਕਸੈਪਟ ਕਰਨੋਂ ਹਟ ਗਿਆ ਕਿ ਇਹਦੇ ਵਿੱਚ ਤਾਂ ਮੇਰੀ ਸ਼ਾਇਦ ਹੀਠੀ ਆ ਜਦ ਕਿ ਚਾਰ ਜਣੇ ਬੈਠੇ ਆ ਤੇ ਜਿਹੜਾ ਬੰਦਾ ਸਭ ਤੋਂ ਵਧੀਆ ਵਿਚਾਰ ਰੱਖਦਾ ਆਪਾਂ ਸਾਰੇ ਜਣੇ ਉਹਨੂੰ ਅਪਣਾ ਲਈਏ ਕਿਤੇ ਲੱਗਦੀ ਏ ਕਮੀ ਹੈਗੀ ਆ ਇਹ ਕਮ ਕਿਤੇ ਨਹੀਂ ਇਹ ਸਾਡੀ ਕਮੀ ਹਰ ਰੋਜ਼ ਟੀਵੀ ਚੈਨਲਾਂ ਤੇ ਵੀ ਨਜ਼ਰ ਆਉਂਦੀ ਹੈ ਜਿਹੜੇ ਬੰਦਿਆਂ ਨੂੰ ਡਿਬੇਟ ਲਈ ਸੱਦਿਆ ਜਾਂਦਾ ਹੈ ਜੀ ਔਰ ਉਹ ਪੂਰੇ ਮਾਹਿਰ ਹੁੰਦੇ ਨਹੀਂ ਆਪਦੇ ਵਿਸ਼ਿਆਂ ਦੇ ਜਾਣਕਾਰ ਵੀ ਹੁੰਦੇ ਨੇ ਜੀ ਆ ਕਿ ਉਹ ਕਿਸੇ ਗੱਲ ਤੇ ਉਹਨਾਂ ਦੇ ਆਪ ਦੇ ਆਪ ਦੇ ਪੁਆਇੰਟ ਆਫ View ਹੁੰਦੇ ਨੇ ਡਿਬੇਟਸ ਦੇ ਵਿੱਚ ਠੀਕ ਹੈ ਜੀ ਕਦੇ ਤੁਸੀਂ ਕੋਈ ਵੀ ਡਿਬੇਟ ਕਿਸੇ ਵੀ ਚੈਨਲ ਤੇ ਇਸ ਗੱਲ ਨਾਲ ਐਂਡ ਹੁੰਦੀ ਵੇਖੀ ਹੈ ਕਿ ਉਹ ਬੰਦਾ ਸੋਚ ਕਿਸੇ ਹੋਰ ਨਾਲ ਆਇਆ ਸੀ ਜੀ ਬਾਅਦ ਉਸ ਡਿਬੇਟ ਦੇ ਅਸਰ ਕਰਕੇ ਉਹਨੇ ਆਪ ਦਾ ਮਤ ਬਦਲ ਲਿਆ ਤੇ ਉਹ ਸਹਿਮਤ ਹੋ ਗਿਆ ਦੂਜੇ ਨਾਲ ਕਿਤੇ ਵੇਖਿਆ ਉਹ ਆਪ ਦੀ ਥਾਂ ਤੇ ਹੀ ਬੋਲਦਾ ਰਹਿੰਦਾ ਚਾਹੇ ਗਲਤ ਹੋ ਜੇ ਇਹ ਚੀਜ਼ ਤਾਂ ਸਾਡੇ ਬੁੱਧੀਜੀਵੀਆਂ ਚ ਹੈ ਨਹੀਂ ਦੂਜਿਆਂ ਚ ਕਿੱਥੇ ਆਉਣੀ ਹੈ ਆਮ ਲੋਕਾਂ ਨੂੰ ਕਿੱਥੇ ਆਸ ਕਰਨ ਆਮ ਕਿੱਥੇ ਉਮੀਦ ਕਰਦੇ ਪਤੰਦਰ ਉੱਥੇ ਆਪਦੀ ਗੱਲ ਤੇ ਆੜੇ ਰਹਿਣਗੇ ਨਹੀਂ ਇਹ ਤਾਂ ਐ ਹੀ ਹੈ ਦੁੱਧ ਕਾਲਾ ਹੀ ਹੈ ਜੀ ਇਹ ਦੁੱਧ ਕਾਲਾ ਕਹਿਣ ਦੀ ਜਿਹੜੀ ਇੱਕ ਆਦਤ ਹੈ ਨਾ ਇਹ ਸਾਡੇ ਸਾਰੇ ਲੋਕਾਂ 'ਚ ਹੈ ਜਿਨ੍ਹਾਂ ਨੂੰ ਅਸੀਂ ਮਾਹਿਰ ਮੰਨਦੇ ਆਂ ਆਪਦੇ ਵਿਸ਼ਿਆਂ ਦੇ ਉਹਨਾਂ 'ਚ ਵੀ ਔਰ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਗਲਤ ਹੈ ਜਿਵੇਂ ਚੁੱਲੇ ਵਾਲੀ ਗੱਲ ਹੈ ਪਤਾ ਹੁੰਦਾ ਅੰਦਰੋਂ ਉਹਦੇ باوجود ਵੀ ਨਹੀਂ ਹਟਦੇ ਉਸ ਦੇ باوجود ਵੀ ਪਤੰਦਰ ਖੁਸ਼ ਹੋ ਕੇ ਆਉਂਦੇ ਨੇ ਸਾਡੀ ਉਹ ਮਸ਼ਹੂਰ ਗੱਲ ਹੈ ਅਸੀਂ ਆਪਦੇ ਪਿੰਡ 'ਚ ਹੱਸ ਜਿੰਦੀ ਸਾਡਾ ਦੋਸਤ ਸੀ ਬਾਗਾ ਅਸੀਂ ਆਂਦੇ ਦੀ ਤੁਹਾਡੇ ਪਿੰਡ ਦਾ ਅਸੀਂ ਇੱਕ ਬੰਦਾ ਜੀ ਉਹਾਂ ਦਾ ਜੀ ਮੈਂ ਸ਼ਰਤ ਲਾ ਆਇਆ ਆਪਦੇ ਘਰ ਵਾਲੀ ਨੂੰ ਆਂਦਾ ਉਹਾਂ ਦੀ ਕਾਦੀ ਸ਼ਰਤ ਲਾ ਆਇਆ ਤੂੰ ਤਾਂ ਪੁੱਠਾ ਕੰਮ ਹੀ ਕਰਦਾ ਹੁੰਦਾ ਆਂਦਾ ਮੈਂ ਕਹੇ ਤਾਂ ਲਈ ਦੁੱਧ ਕਾਲਾ ਹੁੰਦਾ ਅੱਛਾ ਉਹ ਫਿੱਟੇ ਮੂੰਹ ਦੁੱਧ ਕਾਲਾ ਕੋ ਦੁੱਧ ਤਾਂ ਚਿੱਟਾ ਹੁੰਦਾ ਤੂੰ ਕਿਵੇਂ ਕਰੇਗਾ ਆਹਦੇ ਸ਼ਰਤ ਚ ਇੱਕ ਚੀਜ਼ ਹੋਰ ਸ਼ਰਤ ਵੀ ਲਾਗੂ ਸੀ ਕਿ ਜਦੋਂ ਮੈਂ ਮੰਨੂਗਾ ਮੈਂ ਉਦੋਂ ਹਾਰੂਗਾ ਤਾਂ ਮੈਂ ਮੰਨਣਾ ਹੀ ਨਹੀਂ ਮੈਂ ਦੁੱਧ ਕਾਲਾ ਹੀ ਕਹਿਣਾ ਮੈਂ ਕਾਲਾ ਹੀ ਕਹਿਣਾ ਤੇ ਇਹ ਦੁੱਧ ਕਾਲਾ ਕਹਿਣ ਵਾਲੇ ਜਿਹੜੇ ਲੋਕ ਨੇ ਨਾ ਜੀ ਉਹ ਸਾਡੇ ਬੁੱਧੀਜੀ ਬੀਬੀ ਨੇ ਸਾਡੇ ਪੋਲਿਟਿਸ਼ੀਅਨ ਵੀ ਨੇ ਸਾਡੇ ਹਰ ਸ਼ੋਭੇ ਨਾਲ ਜੁੜੇ ਹੋਏ ਲੋਕ ਨੇ ਉਹ ਮੈਨੂੰ ਲੱਗਦਾ ਇਹ ਗੱਲ ਹੌਲੀ 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 ਜਦੋਂ ਅਸੀਂ ਦੂਜੇ ਦੀ ਗੱਲ ਨੂੰ ਤਰਜੀਹ ਦੇਣ ਲੱਗ ਗਏ ਜਦੋਂ ਅਸੀਂ ਆਪ ਦੇ ਆਪ ਨੂੰ ਸੁਧਾਰਨ ਲੱਗ ਗਏ ਉਹਦੇ ਨਾਲ ਤਾਂ ਫਿਰ ਇਨਸਾਨੀ ਤੌਰ ਤੇ ਇੱਕ ਕਮਾਲ ਇਨਕਲਾਬ ਹੋ ਜਾਊਗਾ ਜੀ ਇਨਸਾਨੀ ਤੌਰ ਤੇ ਤੁਸੀਂ ਨਾ ਬਾਰ ਬਾਰ ਬੁੱਧੀ ਜੀ ਵੀ ਸ਼ਬਦ ਵਰਤਿਆ ਮੈਨੂੰ ਕਦੇ ਕਦੇ ਐਵੇਂ ਮਹਿਸੂਸ ਹੁੰਦਾ ਕਿ ਜਦੋਂ ਅਸੀਂ ਸਮਾਗਮਾਂ ਦੇ ਵਿੱਚ ਵੀ ਜਾਂਦੇ ਆ ਉਥੇ ਗੱਲ ਸੁਣਾਉਣੀ ਜਾਂਦੇ ਆ ਤੇ ਜੇ ਅਸੀਂ ਸੁਣ ਕੇ ਰਿਕਾਟ ਹੀ ਜਾਂਦੇ ਆ ਤੇ ਜਿਹਨੂੰ ਬਹੁਤ ਕਾਲੀ ਹੁੰਦੀ ਹੈ ਤੇ ਉਹ ਕਹਿੰਦਾ ਜੀ ਮੈਨੂੰ ਪਹਿਲਾ ਟਾਈਮ ਦੇ ਦਿਓ ਬਸ ਯਾਰ ਤੁਸੀਂ ਬੋਲ ਕੇ ਜੀ ਤੁਸੀਂ ਓਨਾ ਟਾਈਮ ਸੁਣ ਕੇ ਚਲ ਜਾਓ ਬਿਲਕੁਲ ਇਦਾਂ ਹੀ ਹੁੰਦੀ ਹੈ ਨਾ ਆਹੀ ਗੱਲ ਉਹਨਾਂ ਨੂੰ ਵੀ ਸਮੱਸਿਆ ਖੜੀ ਹੋ ਜਾਂਦੀ ਉੱਥੇ ਨਾ ਨਾ ਸੁਣਨਾ ਪਸੰਦ ਹੀ ਨਹੀਂ ਕਰਦੀ ਜਿਹਦੇ ਨਾਲ ਬੈਠੇ ਹੁੰਦੇ ਆ ਉਹਨੂੰ ਸੁਣਨਾ ਨਹੀਂ ਚਾਹੁੰਦੇ ਉਹਨੂੰ ਸੁਣਨਾ ਨਹੀਂ ਚਾਹੁੰਦੇ ਨਹੀਂ ਨਹੀਂ ਇਹਨਾਂ ਤੋਂ ਪਹਿਲਾਂ ਦੇ ਦਿਓ ਮੈਨੂੰ ਆਖਣ ਔਰ ਜਦੋਂ ਬੈਠੇ ਹੁੰਦੇ ਨੇ ਤੁਸੀਂ ਇੱਕ ਹੋਰ ਚੀਜ਼ ਵੇਖੋ ਜੇ ਸਟੇਜ ਤੇ ਜੀ ਸਪੈਸ਼ਲੀ ਸਟੇਜ ਤੇ ਮਸਲੇ ਹੁੰਦੇ ਨੇ ਮੈਂ ਫੋਨ ਆਫ ਕਰ ਦਿੰਨਾ ਹੈ ਜਾ ਕੇ ਸਭ ਤੋਂ ਪਹਿਲਾਂ ਹੀ ਠੀਕ ਹੈ ਮੈਨੂੰ ਇਹ ਕਿਉਂ ਕਰਦੇ ਉਹ ਮੈਂ ਕਿਹਾ ਅਸੀਂ ਸਟੇਜ ਤੇ ਬੈਠੇ ਦੂਜਾ ਬੰਦਾ ਬੋਲ ਰਿਹਾ ਉਸੇ ਵਿਸ਼ੇ 'ਤੇ ਕਿਉਂਕਿ ਵਿਸ਼ਾ ਤਾਂ ਇੱਕ ਹੀ ਹੋਊਗਾ ਜਿਹਦੇ ਤੇ ਬੋਲਣ ਗਏ ਹਾਂ ਦੂਜਾ ਬੰਦਾ ਬੋਲ ਰਿਹਾ ਆਪਦੀ ਪੂਰੀ ਰਿਸਰਚ ਤੋਂ ਬਾਅਦ ਔਰ ਤੁਸੀਂ ਫੋਨ ਲੈ ਕੇ ਬੈਠੇ ਐ ਕਰੀ ਜਾਨੀ ਹੁੰਨੀਓ YouTube ਵੇਖ ਰਹੇ ਹੁੰਨੇਓ Facebook ਵੇਖ ਰਹੇ ਹੁੰਨੇਓ ਜਾਂ Google ਤੇ ਬੈਠੇ ਹੁੰਨੇਓ ਤੁਸੀਂ ਇੰਨਾ ਵੀ ਟਾਈਮ ਨਹੀਂ ਕੱਢਦੇ ਯਾਰ ਜਿਹੜੇ ਵਿਸ਼ੇ ਤੇ ਮੈਂ ਬੋਲਣਾ ਕੋਈ ਹੋਰ ਬੋਲ ਰਿਹਾ ਮੈਂ ਸੁਣ ਲਾਂ ਜੀ ਮਤਲਬ ਤੁਸੀਂ ਆਪਦੇ ਕੰਨ ਬੰਦ ਕਰ ਲਏ ਕਿ ਜੋ ਮੈਂ ਬੋਲ ਰਿਹਾ ਉਹ ਹੀ ਸੱਚ ਹੈ ਔਰ ਉਹ ਹੰਤਮ ਸੱਚ ਹੈ ਉਹ ਚ ਕੋ ਤਬਦੀਲੀ ਹੋਈ ਨਹੀਂ ਸਕਦੀ ਕੋਈ ਨਹੀਂ ਸਕਦੀ ਕਿਉਂਕਿ ਤੁਸੀਂ ਸੁਣਨ ਨੂੰ ਹੀ ਰੈਡੀ ਨਹੀਂ ਗੇ ਜੀ ਯਾਰ ਸੁਣ ਲਓ ਸ਼ਾਇਦ ਤੁਹਾਡੇ ਮਤਲਬ ਦੀ ਗੱਲ ਹੋਵੇ ਤੁਸੀਂ ਕੋਈ ਆਪਦੇ ਬੋਲਣ ਚ ਨਵੀਂ ਗੱਲ ਪਰ ਹੋਰ ਜੋੜ ਲਓ ਐਡ ਕਰ ਲਓ ਨਾ ਇਸ ਪਾਸੇ ਸੋਚਦੀ ਹੀ ਨਹੀਂ ਪਤੰਤਰ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਆਮ ਲੋਕ ਆਂਦੇ ਨੇ ਕਿ ਯਾਰੇ ਸਿਆਣੇ ਨੇ ਇਹਨਾਂ ਦੇ ਦੱਸਣ ਨਾਲ ਅਸੀਂ ਮਾਰਗਦਰਸ਼ਨ ਹੋਊਗਾ ਸਾਡਾ ਉਹ ਆਪਦਾ ਮਾਰਗਦਰਸ਼ਨ ਲੈਣ ਲਈ ਰੈਡੀ ਨਹੀਂ ਗੇ ਅੱਛਾ ਹਮ ਤੋਹ ਜੀ ਭਾਜੀ ਮੈਨੂੰ ਇੱਕ ਚੀਜ਼ ਹੋਰ ਦੱਸਿਓ ਤੁਹਾਡਾ ਤਜਰਬੇ ਦਾ ਸਫ਼ਰ ਬੜਾ ਲੰਬਾ ਜੀ ਬਖਵਖੇ ਤਰ੍ਹਾਂ ਦੇ ਵਿੱਚ ਹੁਣ ਤਾਂ ਸੋਸ਼ਲ ਸਿਸਟਮ ਦੇ ਵਿੱਚ ਤੁਸੀਂ ਬੜੇ ਬੁਰੇ ਤਰੀਕੇ ਫਸੇ ਹੋਏ ਹੋ ਕਿ ਬਖਵਖ ਮੁੱਦਿਆਂ ਦੇ ਉੱਤੇ ਵੀ ਬਾਕੀ ਦੇ ਨਾਲ ਵਿਚਾਰ ਰੱਖਣੇ ਪੜਨਾ ਕਿੰਨਾ ਜ਼ਰੂਰੀ ਹੈ ਮੈਂ ਇਹ ਗੱਲ ਮਹਿਸੂਸ ਕੀਤੀ ਕਿ ਕਿਸਾਨ ਅੰਦੋਲਨ ਦੇ ਵਿੱਚ ਜਿਸ ਤਰੀਕੇ ਪੰਜਾਬੀਆਂ ਨੇ ਹਰਿਆਣਵੀਆਂ ਨੇ ਆਪਸ ਵਿੱਚ ਭਾਈਚਾਰਕ ਸਾਂਝ ਦਿਖਾਈ ਉਹ ਕਮਾਲ ਦੀ ਸੀ ਜੇ ਇਸ ਤਰੀਕੇ ਲੋਕ ਟਰਾਲੀਆਂ ਦੇ ਵਿੱਚ ਪੱਖੀਆਂ ਚੜ ਜਾਂਦੀਆਂ ਸੀ ਲੋਕਾਂ ਦੀਆਂ ਦਿੱਲੀ ਤੱਕ ਜਾਂਦੇ ਆ ਪਰ ਕਿਸੇ ਨੇ ਸੀ ਨਹੀਂ ਕੀਤੀ ਸੀ ਨਹੀਂ ਉੱਥੇ ਠੰਡ ਸੀ ਗਰਮੀ ਸੀ ਸਾਰਾ ਕੁਝ ਲੋਕਾਂ ਨੂੰ ਪਤਾ ਇੱਕ ਦਿਖਾਤਾ ਕਿ ਭਾਈ ਆਪਾਂ ਹੈਗੇ ਆ ਪਰ ਉਹਦੇ ਵਿੱਚ ਮੈਨੂੰ ਇੱਕ ਚੀਜ਼ ਕਿਉਂਕਿ ਉਦੋਂ ਉਹ ਵਕਤ ਨਹੀਂ ਸੀ ਉਸ ਚੀਜ਼ ਨੂੰ ਕਹਿਣ ਦਾ ਉਦੋਂ ਤਾਂ ਚੜ੍ਹਦੀ ਕਲਾ ਵਾਲੀ ਗੱਲ ਸੀ ਬਸ ਵੀ ਉੱਪਰ ਨੂੰ ਜਾਣਾ ਮੈਂ ਦੇਖਿਆ ਕਿ ਤਿੰਨ ਕਾਨੂੰਨ ਤਿੰਨ ਕਾਨੂੰਨ ਕਾਲੇ ਕਾਨੂੰਨ ਇਹਦੇ باوجود ਵੀ ਉਹਨਾਂ ਕਾਨੂੰਨਾਂ ਨੂੰ ਬਹੁਤੇ ਲੋਕ ਪੜ੍ਹ ਕੇ ਰਾਜੀ ਨਹੀਂ ਸੀ ਅਸੀਂ ਸੁਣ ਕੇ ਆਪਣਾ ਮਾਈਂਡ ਸੈਟ ਬਣਾਉਂਦੇ ਸੀ ਤੇ ਮੈਨੂੰ ਕਦੇ-ਕਦੇ ਐਂ ਲੱਗਦਾ ਹੁੰਦਾ ਹੈ ਕਿ ਜਦੋਂ ਸਾਡੇ ਕੋਲੇ ਕੁਝ ਵੀ ਇੱਕ ਚੀਜ਼ ਨਵੀਂ ਆਈ ਹੈ ਹੁਣ ਤਾਂ ਸਾਡੇ ਕੋਲ ਗੂਗਲ ਹੈ ਹੁਣ ਤਾਂ ਡਿਕਸ਼ਨਰੀ ਦੇ ਉੱਤੇ ਵੀ ਤੁਹਾਨੂੰ ਕਿਤਾਬ ਖਰੀਦਣ ਨਹੀਂ ਜਾਣਾ ਪੈਂਦਾ ਸਫੇ ਫੋਲਣ ਨਹੀਂ ਜਾਣਾ ਪੈਂਦਾ ਤੁਸੀਂ ਐ ਕਰਦੇ ਹੋ ਤੁਹਾਨੂੰ ਚੀਜ਼ ਲੱਭਦੀ ਹੈ ਅਸੀਂ ਅਧਿਐਨ ਕਰਨੋਂ ਹਟ ਤਾਂ ਨਹੀਂ ਗਏ ਕਿਤੇ ਜੇ ਅਸੀਂ ਸੁਣ ਕੇ ਆਪਣਾ ਮੈਂ ਤਾਂ ਇਹ ਕਿਨਾਂ ਨੂੰ ਕਿਸੇ ਪੱਤਰਕਾਰ ਦੇ ਮਗਰ ਬਿਨਾਂ ਲੱਗੋ ਪੱਤਰਕਾਰ ਕੀ ਪਤਾ ਕਿੰਨਾ ਕੁ ਮੇਰੇ ਵਰਗਾ ਇੱਕ ਪਾਸੜ ਬੰਦਾ ਥੋੜੀ ਸੋਚ ਇੱਕ ਪਾਸੜ ਕਰ ਦੂ ਤੇ ਸਾਨੂੰ ਅਧਿਐਨ ਕਰਨਾ ਚਾਹੀਦਾ ਸਾਨੂੰ 4-5 ਪੱਖੋਂ ਦੇ ਪਤਾ ਲੱਗ ਜਾਣ ਫਿਰ ਅਸੀਂ ਆਪਣਾ ਮਾਈਂਡ ਸੈਟ ਕਰੀਏ ਕਿ ਅਸਲ ਦੇ ਵਿੱਚ ਗੱਲ ਆਇਆ ਕੀ ਤੁਹਾਨੂੰ ਲੱਗਦਾ ਕਿ ਅਸੀਂ ਪੜਨੋਂ ਹਟ ਗਏ ਤੇ ਅਮਤੋਜਮਾਨ ਕਿਤਾਬ ਤੋਂ ਕਿੰਨੇ ਕਮੀਲਾਂ ਦੂਰ ਰਹਿੰਦਾ ਇਹ ਨਾ ਪੜਦੇ ਨਹੀਂਗੇ ਸਾਡੇ ਅੱਜ ਦੀ ਗੱਲ ਨਹੀਂ ਇਹ ਪਹਿਲਾਂ ਤੋਂ ਗੱਲ ਹੈ ਪਹਿਲਾਂ ਅਸੀਂ ਸਾਡੀ ਸਿੱਖਿਆ ਉਦੋਂ ਇੱਕ ਹੋਰ ਗੱਲ ਸੀਗੀ ਸਿੱਖਿਆ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਹੁੰਦੀ ਹੈ ਕਿਤਾਬਾਂ ਰਹੀਂ ਇੱਕ ਹੁੰਦੀ ਆਪਦੇ ਵੱਡਿਆਂ ਤੋਂ ਸੁਣ ਕੇ ਹਮ ਹਮ ਸਾਡੇ ਲੋਕਾਂ ਕੋਲੇ ਉਦੋਂ ਸਿੱਖਿਆ ਵੱਡਿਆਂ ਤੋਂ ਸੁਣ ਕੇ ਆਲੀ ਤਾਂ ਹੈਗੀ ਸੀ ਜੀ ਤੁਸੀਂ ਪਰਿਵਾਰ ਚ ਬੈੰਦੇ ਸੀ ਚਾਚੇ ਤਾਏ ਇਕੱਠੇ ਹੁੰਦੇ ਸੀ ਸਾਤੋਚ ਬੈੰਦੇ ਸੀ ਮਹਿਫਲਾਂ ਲਗਦੀਆਂ ਸੀ ਬਿਲਕੁਲ ਠੀਕ ਔਰ ਉਸ ਮਹਿਫਲ ਦੇ ਵਿੱਚ ਹਿਸਟਰੀ ਤੋਂ ਜੋੜ ਕੇ ਪ੍ਰੈਜੈਂਟ ਹਰ ਚੀਜ਼ ਬਾਰੇ ਨੋਲਿਜ ਮਿਲਦੀ ਸੀ ਇਹ ਕੋਸ ਹੀ ਸਿੱਖਣਾ ਪੜਨ ਚ ਅਸੀਂ ਪਹਿਲਾਂ ਹੀ ਘੱਟ ਸੀਗੇ ਠੀਕ ਹੈ ਸਾਡੇ ਲੋਕ ਔਰ ਕਮਾਲ ਦੀ ਗੱਲ ਵੇਖੋ ਇੱਕ ਪੰਜਾਬੀਆਂ ਪ੍ਰਤੀ ਸਾਡੇ ਨਾਵਲਕਾਰ ਘੱਟ ਹੋਏ ਨੇ ਸ਼ਾਰਟ ਸਟੋਰੀ ਜਿਹੜੀ ਲਿਖਦੇ ਨੇ ਉਹ ਬਾਲੇ ਨੇ ਪਤਾ ਕਿਉਂ ਕਿਉਂਕਿ ਸਾਡੇ ਚ ਸਬਰ ਨਹੀਂਗਾ ਪੇਸ਼ੈਂਸ ਘੱਟ ਗਈ ਪੇਸ਼ੈਂਸ ਹੈ ਹੀ ਨਹੀਂ ਅਸੀਂ ਕਿਤਾਬ ਨੂੰ ਇੱਕ ਮੇਰੇ ਬਹੁਤ ਹੀ ਦੋਸਤ ਸੀਗੇ ਬੰਬੇ ਮੇਰੇ ਕੋਲੇ ਗਏ ਤੇ ਉਹ ਬਿਜ਼ੀ ਆ ਸੌਰੀ ਮੈਂ ਬਿਜ਼ੀ ਤੇ ਮੈਂ ਕਿਹਾ ਯਾਰ ਇਹ ਬੋਰ ਹੋਊਗਾ ਪਿੱਛੋਂ ਮੈਂ ਉਹਨੂੰ ਬੁੱਕਸ ਦੇ ਗਿਆ ਮੈਂ ਕਿਹਾ ਪੜ ਲਈਏ ਇਹਨੂੰ ਅੱਛੀ ਬੁੱਕ ਸੀ ਵਾਵਾ ਸੀ ਉਹ ਟਾਈਮ ਨਿਕਲ ਗਿਆ ਜਦੋਂ ਮੈਂ ਮੁੜ ਕੇ ਆਇਆ ਤਾਂ ਉਹ ਬੈਠਾ ਮੈਂ ਤੂੰ ਪੜ ਲੈਣਾ ਸੀ ਕੁਛ ਪੜ ਲਿਆ ਦਾ ਉਹ ਤਾਂ ਮੈਂ ਕਿਹਾ ਪਤੰਦਰਾ ਐਡੀ ਮੋਟੀ ਬੁੱਕ ਤੂੰ ਪੜ ਵੀ ਲਈ ਅਨਾ ਹਾਂ ਮੈਂ ਸ਼ੁਰੂ ਚ ਪੜੇ ਦੋ ਕੁ ਸਪੇ ਫਿਰ ਵਿਚਾਲਿਓ ਪੜ ਲੇ ਫਿਰ ਘਿਰ ਕੇ ਮੈਂ ਖਬਰਦਾਰ ਜੇ ਕਿਸੇ ਬੁੱਕ ਨੂੰ ਹੱਥ ਲਾਇਆ ਤਾਂ ਅੱਗੇ ਤੋਂ ਇਹ ਵੀ ਕੋਈ ਪੜਨਾ ਯਾਰ ਇਹ ਵੀ ਕੋਈ ਪੜਨਾ ਤੁਹਾਨੂੰ ਜ਼ਿੰਦਗੀ ਦੇਖੋ ਬਾਤ ਸਭ ਮੇਰੀ ਔਰ ਤੁਹਾਡੀ ਜ਼ਿੰਦਗੀ ਆਪਾਂ ਜਦੋਂ ਆਪ ਦਾ ਉਹਦਾ ਨਿਰਿਕਸ਼ਨ ਕਰਦੇ ਆ ਸਾਨੂੰ ਕਿੰਨਾ ਕੁ ਸਿੱਖਣ ਨੂੰ ਮਿਲਦਾ ਯਾਰ ਆਪਾਂ ਕੀ ਕੀ ਵੇਖਿਆ ਜੀ ਪਰ ਅਸੀਂ ਹਰ ਯੋਗਤਾ ਨਹੀਂ ਜੀ ਸਕਦੇ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਰਣਜੀਤ ਸਿੰਘ ਵੇਲੇ ਕੀ ਸੀ ਪਾਤਸ਼ਾਹੀਆਂ ਜਿਹੜੀਆਂ ਸਾਡੀਆਂ ਹੋਈਆਂ ਨੇ ਦੱਸੇ ਉਦੋਂ ਕੀ ਸੀ ਉਦੋਂ ਪਹਿਲਾਂ ਕੀ ਸੀ ਇਹ ਚੀਜ਼ਾਂ ਸਾਨੂੰ ਪੜ ਕੇ ਪਤਾ ਲੱਗ ਸਕਦੀਆਂ ਹਨ ਅਸੀਂ ਕਿਉਂ ਨਹੀਂ ਉਸ ਉਸ ਤੁਸੀਂ ਬਲੀਵ ਕਰਿਓ ਜੇ ਮੈਂ ਨਾ ਅੱਜ ਕੱਲ ਇੱਕ ਹਿਸਟੋਰੀਕਲ ਚੀਜ਼ ਲਿਖ ਰਿਹਾ ਸੀ ਸਪੈਸ਼ਲੀ ਰਣਜੀਤ ਸਿੰਘ ਤੇ ਲਿਖ ਰਿਹਾ ਸੀ ਮੈਂ ਕੁਝ ਤੇ ਰਣਜੀਤ ਸਿੰਘ ਨਾਲ ਜੁੜੀਆਂ ਹੋਈਆਂ ਮੈਂ ਸਾਰੀਆਂ ਬਨਗੀਆਂ ਪੜ ਮਾਰੀਆਂ ਠੀਕ ਹੈ ਜੀ ਪਰਸ਼ੀਅਨ ਰਾਈਟਰ ਕੀ ਲਿਖਦੇ ਨੇ ਗੋਰੇ ਕੀ ਲਿਖਦੇ ਰਹੇ ਨੇ ਤੇ ਸਾਡੇ ਲੋਕਾਂ ਨੇ ਥੋੜੀ ਹੋਏ ਨੇ ਉਹਨਾਂ ਨੇ ਕੀ ਲਿਖਿਆ ਚਾਹੇ ਉਹ ਖੁਸ਼ਵੰਤ ਸਿੰਘ ਹੋਣ ਗੰਡਾ ਸਿੰਘ ਹੋਣ ਜਾਂ ਹੋਰ ਸਾਰੇ ਬਾਕੀ ਰਾਈਟਰ ਹੋਣ ਜਦੋਂ ਮੈਂ ਪੜਿਆ ਉਹ ਯੁੱਗ ਤਾਂ ਤੁਸੀਂ ਬਿਲੀਵ ਕਰਿਓ ਜੇ ਮੈਨੂੰ ਐ ਲੱਗ ਰਿਹਾ ਸੀ ਕਿ ਮੈਂ ਮਿਸਲ ਕਾਲ ਦੇ ਵਿੱਚ ਜਿਉ ਰਿਹਾ ਕਿ ਆਪਕੋ ਕਿ ਤੁਸੀਂ ਉਹਦੇ ਵਿੱਚ ਚਲੇ ਜਾਣੇ ਜਦੋਂ ਉਹਦੇ ਵਿੱਚ ਤੁਸੀਂ ਚਾਰ ਸ਼ਫੇਰਾ ਪੜ ਲੈਨੇ ਹੋ ਫਿਰ ਤੁਸੀਂ ਇੱਕ ਆਪ ਦਾ ਨਜ਼ਰੀਆ ਕ੍ਰੀਏਟ ਕਰਦੇ ਹੋ ਉਹਨੂੰ ਲਿਖਣ ਲਈ ਫਿਰ ਤੁਸੀਂ ਇੱਕ ਪੂਰੀ ਆਪ ਦੇ ਸਾਹਮਣੇ ਉਹ ਕੈਰੈਕਟਰ ਤੁਹਾਨੂੰ ਉਹ ਰਣਜੀਤ ਸਿੰਘ ਹੋਰੀ ਮਹਾਰਾਜਾ ਰਣਜੀਤ ਸਿੰਘ ਨਹੀਂ ਲੱਗ ਰੇ ਮੈਨੂੰ ਉਹ ਮੇਰਾ ਕੈਰੈਕਟਰ ਨਜ਼ਰ ਆਉਣ ਲੱਗ ਜਾਂਦਾ ਕਿ ਅੱਜ ਜਦੋਂ ਮਹਤਾਬ ਕੌਰ ਨਾਲ ਇਹਨਾਂ ਦੇ ਰਿਲੇਸ਼ਨਸ਼ਿਪ ਇੰਨਾ ਸੁਖਾ ਸੁਖਾਵਾਂ ਨਹੀਂ ਸੀ ਤਾਂ ਹਾਉ ਹੀ ਰਿਐਕਟ ਇਹ ਮਹਾਰਾਜਾ ਤਾਂ ਬਾਤ ਚੋਈ ਨਹੀਂ ਪਹਿਲਾਂ ਇੱਕ ਪਤੀ ਸੀ ਜੀ ਤਾਂ ਕਿਵੇਂ ਰਿਐਕਟ ਕਰ ਰਹੇ ਸੀ ਦਤਾਰਕੌਰ ਨੂੰ ਕਿਵੇਂ ਰਿਐਕਟ ਕਰ ਰਹੇ ਸੀ ਆਪਦੇ ਮਾਮੇ ਦਲ ਸਿੰਘ ਨੂੰ ਕਿਵੇਂ ਰਿਐਕਟ ਕਰ ਰਹੇ ਸੀ ਇਹ ਚੀਜ਼ਾਂ ਸਾਰੀਆਂ ਤੁਸੀਂ ਪੜ ਕੇ ਸਿੱਖਦੇ ਹੋ ਜੀ ਦੁਨੀਆ ਹਰ ਦੁਨੀਆ ਨੂੰ ਤੁਸੀਂ ਵਾਕਿਫ ਨਹੀਂ ਹੋ ਸਕਦੇ ਜਾਂ ਉੱਥੇ ਜਰਨੀ ਨਹੀਂ ਕੀਤੀ ਹੋ ਸਕਦੀ ਕਿਤਾਬਾਂ ਰਾਹੀਂ ਤੁਸੀਂ ਕਰ ਸਕਦੇ ਹੋ ਬਿਲਕੁਲ ਠੀਕ ਹੈ ਇਹ ਬਹੁਤ ਹੁਣ ਜਿਵੇਂ ਮੈਂ ਕੱਲ ਪਰਸੋਂ ਮੈਂ ਹੁਣ ਜਿਹੜੀ ਬੁੱਕ ਪੜ ਰਿਹਾ ਸੀਗਾ ਉਹ ਲਿਖਣ ਤੋਂ ਬਾਅਦ ਉਹ ਸੀਗੀ ਰਾਜਮੋਨ ਗਾਂਧੀ ਔਰਾਂ ਦੀ ਠੀਕ ਹੈ ਔਰਿੰਗਜ਼ੇਬ ਤੋਂ ਮਾਊਂਟ ਬੇਟਨ ਤੱਕ ਬੜੀ ਮਸ਼ਹੂਰ ਬੁੱਕ ਹੈ ਪੰਜਾਬੀ ਚ ਵੀ ਤਰਜਮਾ ਹੋ ਗਿਆ ਔਰ ਉਹ ਚ ਸਾਡੇ ਬਾਰੇ ਲਿਖਿਆ ਗਿਆ ਜੀ ਪੰਜਾਬ ਬਾਰੇ ਹੀ ਜ਼ਿਆਦਾਤਰ ਲਿਖਿਆ ਹੈ ਪਰ ਜੇ ਤੁਸੀਂ ਕਿਸੇ ਵੀ ਬੰਦੇ ਨੂੰ ਪੁੱਛਣ ਜਾਓ ਉਹਨੇ ਨਹੀਂ ਉਹਨੂੰ ਪੜਿਆ ਪਤਾ ਹੀ ਨਹੀਂ ਹੋਣਾ ਪਤਾ ਹੀ ਨਹੀਂ ਹੋਣਾ ਤੁਹਾਨੂੰ ਇਹ ਚੀਜ਼ਾਂ ਪੜ ਪੜ ਕੇ ਪਤਾ ਲੱਗਦਾ ਦੁਨੀਆ ਦਾ ਤੁਹਾਨੂੰ ਆਪ ਦੀ ਸਮਝਦਾ ਵੀ ਜਿਹੜਾ ਇੱਕ ਹੁੰਦਾ ਨਾ ਵਹਿਮ ਹੁੰਦਾ ਹੈ ਕਿ ਬਹੁਤ ਵੱਡੀ ਹੈ ਜਦੋਂ ਉਹ ਐਡੀਕ ਨਜ਼ਰ ਆਉਂਦੀ ਹੈ ਤੁਹਾਨੂੰ ਆਪ ਦੇ ਆਪ ਨੂੰ ਸਿੱਖਣ ਦਾ ਸਵਾਦ ਆਉਂਦਾ ਫਿਰ ਲੱਗਦਾ ਘੜੇ ਦਾ ਟੱਕਣ ਖੋਲੀਏ ਉੱਪਰੋਂ ਬੰਦ ਕਰਕੇ ਰੱਖ ਲਿਆ ਬੰਦ ਕਰਕੇ ਰੱਖਿਆ ਕਿ ਮੈਂ ਬਹੁਤ ਸਮਝਦਾਰ ਤੁਸੀਂ ਜਾਣੋ ਤਾਂ ਸਹੀ ਯਾਰ ਇੱਕ ਕਦੇ-ਕਦੇ ਨਾ ਬੜਾ ਇੰਟਰਸਟਿੰਗ ਹੁੰਦਾ ਜਿਵੇਂ ਆਪਾਂ ਇੱਕ ਬੰਦੇ ਬਾਰੇ ਚਾਰ ਲੋਕਾਂ ਤੋਂ ਪੁੱਛਦੇ ਆਂ ਚਾਰੀ ਲੋਕਾਂ ਦਾ ਆਪਦਾ ਖਿਆਲ ਹੁੰਦਾ ਸੇਮ ਹਿਸਟਰੀ ਦੇ ਜਿਹੜੇ ਈਵੈਂਟ ਨੇ ਉਹਨਾਂ ਬਾਰੇ ਸਾਡੇ ਗੁਰੂਆਂ ਬਾਰੇ ਰੰਜੀਤ ਸਿੰਘ ਬਾਰੇ ਹਰੀ ਸਿੰਘ ਨਲਵੇ ਬਾਰੇ ਤੁਸੀਂ ਪਰਸਨ ਰਾਈਟਰ ਦਾ ਪੜ੍ਹ ਲਓ ਜੀ ਉਹ ਕੀ ਕਹਿ ਰਹੇ ਨੇ ਉਹ ਕਿਉਂ ਕਹਿ ਰਹੇ ਨੇ ਫਿਰ ਤੁਸੀਂ ਉਹ ਪੜ੍ਹੋਗੇ ਫਿਰ ਸੋਚ ਜਾਊਗੀ ਉਧਰ ਸੋਚ ਜਾਊਗੀ ਯਾਰ ਜਿਨ੍ਹਾਂ ਨੂੰ ਇਹ ਸਾਡੇ ਜਰਨੈਲ ਨੇ ਮਾਰਿਆ ਹੈ ਜਿਹੜੇ ਮਰੇ ਨੇ ਇਹਦੇ ਕੋਲੋਂ ਅਸੀਂ ਜਿਵੇਂ ਪਾਕਿਸਤਾਨ ਚ ਚਲੇ ਜਾਓ ਔਰੰਗਜ਼ੇਬ ਬਾਰੇ ਪੁੱਛੋ ਉਹਨਾਂ ਦਾ ਹੀਰੋ ਹੈ ਜੀ ਅਸੀਂ ਔਰੰਗਜ਼ੇਬ ਨੂੰ ਕੀ ਆਨੇ ਪਤਾ ਹੀ ਆਪਾਂ ਨੂੰ ਇਹ ਫਰਕ ਹੈ ਉਹਨਾਂ ਦਾ ਹੀਰੋ ਕਿਉਂ ਸਾਡਾ ਵਿਰੋਧੀ ਕਿਉਂ ਇਹਦੇ ਬਾਰੇ ਪੜ੍ਹੋ ਤਾਂ ਸਹੀ ਹਾਂ ਉਹਦਾ ਰੀਜ਼ਨ ਕੀ ਨੇ ਹਿਸਟੋਰੀਕਲ ਫੈਕਟ ਕੀ ਨੇ ਔਰ ਉਹ ਐ ਮੈਂ ਹਿਟਲਰ ਦੀ ਬੁੱਕ ਪੜਨ ਲੱਗ ਗਿਆ ਜੀ ਹਿਟਲਰ ਦੁਨੀਆ ਦਾ ਜਗ ظاہر ਵਿਲਨ ਹੈ ਜੀ ਜਦੋਂ ਮੈਂ ਉਹਦੀ ਬੁੱਕ ਪੜੀ ਬਲੀਵ ਕਰਿਓ ਜੇ ਮੈਨੂੰ ਐਂਡ ਤੇ ਜਾ ਕੇ ਐ ਲੱਗਿਆ ਕਿ ਉਹਦੀਆਂ ਕੁਝ ਗੱਲਾਂ ਤਾਂ ਯਾਰ ਜਸਟੀਫਾਈ ਹੋ ਰਹੀਆਂ ਨੇ ਪੜਨ ਤੋਂ ਬਾਅਦ ਹਮ ਹਮ ਜੋ ਉਹਨੇ ਪਾਰਲੀਮੈਂਟ ਸਿਸਟਮ ਨੂੰ ਨਿੰਦਿਆ ਸੀ ਉਦੋਂ ਕਿ ਨਹੀਂ ਇਹ ਕੁਝ ਨਹੀਂ ਕਰ ਸਕਦੇਗੇ ਬੇਵਕੂਫ ਲੋਕ ਆਉਂਦੇ ਨੇ ਬਹਿਸ ਕਰਨ ਲਈ ਕਰਨਾ ਇਹਨਾਂ ਨੇ ਕੁਝ ਨਹੀਂ ਮੈਨੂੰ ਉਹ ਗੱਲਾਂ ਸੱਚੀਆਂ ਲੱਗਣ ਲੱਗੀਆਂ ਫਿਰ ਮੈਨੂੰ ਉਹਦੇ ਕਾਊਂਟਰ 'ਚ ਬੁੱਕ ਪੜ੍ਹਨੀ ਪਈ ਜੀ ਉਦੋਂ ਜਰਮਨੀ ਛੋਕੀ ਰਿਆ ਸੀ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਥੋਂ ਦਾ ਮਾਹੌਲ ਪਤਾ ਕਰਨ ਦੇ ਲਈ ਕਿ ਕੀ ਲੈ ਵੀ ਜੇ ਹਿਟਲਰ ਇਹ ਲੇਖ ਰਿਹਾ ਹੈ ਤਾਂ ਉਦੋਂ ਦੇ ਬਾਕੀ ਰਾਈਟਰ ਕੀ ਲਿਖ ਰਹੇ ਸੀਗੇ ਸਮਕਾਲੀ ਜਿਹੜੇ ਸਮਕਾਲੀ ਸੀਗੇ ਤੁਹਾਨੂੰ ਪੜ੍ਹਨਾ ਪਊਗਾ ਨਾ ਹੁਣ ਤੁਸੀਂ ਕਹਿੰਦੇ ਆ ਗਾਲिब ਬਹੁਤ ਵਧੀਆ ਸ਼ਾਇਰ ਸੀ ਉਦੋਂ ਗਾਲिब ਨੂੰ ਬਹੁਤ ਸਾਰੇ ਸ਼ਾਇਰ ਉਸ ਵਕਤ ਦੇ ਸਮਕਾਲੀ ਉਹਨੂੰ ਸ਼ਾਇਰ ਹੀ ਨਹੀਂ ਮੰਨਦੇ ਸੀ ਉਦੋਂ 우ਸਤਾਦ ਜ਼ੌਕ ਵੀ ਸੀਗੇ ਤਾਂ ਜ਼ੌਕ ਕੀ ਲਿਖ ਰਹੇ ਸੀ ਗਾਲਿਬ ਸਾਹਿਬ ਕੀ ਲਿਖ ਰੇ ਸੀ ਤੇ ਇਹ ਗੱਲ ਕਿਉਂ ਫੈਲੀ ਸੀ ਕਿ ਇਹ ਤਾਂ ਸ਼ਾਇਰੀ ਨਹੀਂ ਜੀ ਉਹ ਅੱਜ ਜਿੰਨੀ ਉਹਨਾਂ ਦੀ ਸਮਝ ਆ ਰਹੀ ਹੈ ਪੜਨ ਦੀ ਉਹ ਇੰਨਾ ਸਿੰਪਲ ਲਿਖਦੇ ਸੀ ਉਦੋਂ ਲੋਕਾਂ ਨੂੰ ਲੱਗਦਾ ਸੀ ਯਾਰ ਇਹ ਕੈਪਜੀ ਸ਼ਾਇਰੀ ਹੋਈ ਜੀ ਇਹ ਤਾਂ ਆਮ ਆਮ ਗੱਲ ਹੈ ਹਮ ਹਮ ਜਦ ਕਿ ਅੱਜ ਸਾਨੂੰ ਸਮਝ ਆਇਆ ਜਿੰਨੀ ਗੱਲ ਆਮ ਹੁੰਦੀ ਹੈ ਓਨੀ ਵੱਡੀ ਹੁੰਦੀ ਹੈ ਬਿਲਕੁਲ ਠੀਕ ਓਨੀ ਉਹ ਮੁਸ਼ਕਲ ਲਿਖਣੀ ਹੁੰਦੀ ਹੈ ਲਿਖਣੀ ਹੁੰਦੀ ਮਾਈ ਫਾਦਰ ਆਲਵੇਜ਼ ਸੇ ਕਿ ਜਿੰਨਾ ਸੌਖਾ ਹੈ ਨਾ ਲਿਖਣਾ ਸਮਝੋ ਓਨਾ ਹੀ ਔਖਾ ਹੈ ਜਿੰਨਾ ਸੌਖਾ ਲਿਖਿਆ ਹੋਇਆ ਜਿਵੇਂ ਕਬਰਾਂ ਉਡੀਕਦੀਆਂ ਜੋ ਪੁੱਤਰਾਂ ਨੂੰ ਮਾਵਾ ਕੀ ਬਾਤ ਸੀ ਕਿੱਥੇ ਤੱਕ ਗਈ ਕਿੱਡਾ ਵੱਡਾ ਥਾਟ ਹੈ ਅੱਖਾਂ ਪੁੰਝ ਕੇ ਰੁਮਾਨ ਨਾਲ ਮੇਰੀਆਂ ਦਲਾਸਾ ਦੇ ਕੇ ਰੋਣ ਲੱਗ ਪਈ ਸਿੱਧੀ ਜੀ ਗੱਲ ਹੈ ਜੀ ਪਰ ਕਿੰਨੀ ਔਖੀ ਹੈ ਲਿਖਣ ਜੀ ਔਰ ਕਿੰਨਾ ਸਵਾਦ ਆਉਂਦਾ ਹੈ ਸੁਣ ਕੇ ਬਿਲਕੁਲ ਠੀਕ ਫਿਰ ਕਨਸੈਪਟ ਕਿੱਥੇ ਤੱਕ ਸੀ ਦੁਨੀਆ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਅਸੀਂ ਤਾਂ ਕੁਝ ਵੀ ਨਹੀਂ ਕੱਤਿਆਂ ਹੁੰਦਾ ਉਹਦੇ 'ਚ ਜੀ ਉਹਨੂੰ ਵੇਖੋ ਸਹੀ ਉਹ ਜਿਹੜਾ ਗਲੋਟਿਆਂ ਨਾਲ ਭਰਿਆ ਪਿਆ ਨਾ ਛਿਗੂ ਜਿਹਾ ਉਹ ਤੁਹਾਨੂੰ ਸਵਾਦ ਆ ਜੂ ਉਹਨੂੰ ਜਿਵੇਂ ਜਿਵੇਂ ਉਹਦੇ ਡੂੰਗੇ ਬਿਲਕੁਲ ਠੀਕ ਹੈ ਅਮਿਤੋਜ ਭਾਜੀ ਮੈਂ ਇੱਕ ਮਿੰਟ ਮੁਖਾਤਬ ਹੋਲਾਂ ਪ੍ਰਾਈਮਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਗੰਡਾ ਸਿੰਘ ਇਹ ਦੋ ਸ਼ਬਦ ਅਮਿਤੋਜ ਮਾਨ ਹੋ ਰਹੇ ਨੇ ਵਰਤੇ ਆ ਗੰਡਾ ਸਿੰਘ ਹੋਰੀ ਕੌਣ ਸਾਡੇ ਲਈ ਉਹਨਾਂ ਦੀ ਇੰਪੋਰਟੈਂਸ ਕੀ ਹੈ ਕੌਣ ਨੇ ਸਦਾ ਗੰਡਾ ਸਿੰਘ ਜਾਂ ਡਾਕਟਰ ਸ਼ਬਦ ਮੋਰੀ ਲਾ ਲਓ ਕੁਝ ਵੀ ਲਾ ਲਓ ਜਿੱਥੇ ਜਿੱਥੋਂ ਤੁਹਾਨੂੰ ਸਮਝ ਆਉਂਦਾ ਮੈਂ ਟਿੱਪਣੀਆਂ ਚਾਹੁੰਦਾ ਇੱਕ ਤਾਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਨੂੰ ਉਹਨਾਂ ਬਾਰੇ ਪਤਾ ਤੁਸੀਂ ਜ਼ਰੂਰ ਦੇਸ ਦਿਓ ਦੂਸਰਾ ਜੇ ਤੁਸੀਂ ਅੱਜ ਗੰਡਾ ਸਿੰਘ ਹੋਰਾਂ ਦਾ ਨਾਮ ਪਹਿਲੀ ਵਾਰ ਸੁਣਿਆ ਤੇ ਸਰਚ ਜ਼ਰੂਰ ਕਰਿਓ ਥੋੜੀ ਜਿਹੀ ਖੋਜ ਕਰਿਓ ਕੌਣ ਸੰਤ ਆ ਬਾਅਦ ਵਿੱਚ ਟਿੱਪਣੀ ਕਰਕੇ ਜਾਇਓ ਤਾਂ ਜੋ ਸਾਨੂੰ ਲੱਗੇ ਕਿ ਭਾਈ ਦੋਚਰ ਸੱਜਣਾ ਨੂੰ ਅਸੀਂ ਉਹਨਾਂ ਦੇ ਨਾਲ ਰੂਬਰੂ ਜਿਹੜਾ ਉਹ ਕਰਾਉਣ ਦੇ ਵਿੱਚ ਅੱਜ ਦੇ ਪ੍ਰੋਗਰਾਮ ਚ ਕਾਮਯਾਬ ਹੋਏ ਆ ਰਾਜਮੋਨ ਗਾਂਧੀ ਹੋਰਾਂ ਨੂੰ ਆਪਾਂ ਫਿਰ ਕਿਸੇ ਦਿਨ ਡਿਸਕਸ ਕਰਨਾਗੇ ਹਮਤੋਜ ਭਾਜੀ ਮੈਨੂੰ ਇੱਕ ਚੀਜ਼ ਹੋਰ ਜਿਹੜੀ ਇਹਦੇ ਵਿੱਚੋਂ ਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੀਤ ਸੰਗੀਤ ਫਿਲਮਾਂ ਜਿਹੜੀਆਂ ਸਾਡੇ ਨਾਲ ਬਹੁਤ ਗੂੜੀਆਂ ਜੁੜੀਆਂ ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ ਸਾਡਾ ਇਹ ਸਾਰਾ ਕੁਝ ਸਿਸਟਮ ਦੇ ਵਿੱਚ ਬੱਝਿਆ ਹੋਇਆ ਹੈ ਮੈਨੂੰ ਇਹ ਲੱਗਦਾ ਜਦੋਂ ਥੋੜੇ ਵਾਲੀ ਫਿਲਮ ਜਿਹੜੀ ਹੈ ਕਿਉਂਕਿ ਉਹ ਸਬਜੈਕਟ ਐਸਾ ਸੀ ਉਹਦੇ ਕੋ ਹੱਥ ਪਾਉਣ ਨੂੰ ਵੀ ਤਿਆਰ ਨਹੀਂ ਸੀ ਜੋ ਤੁਸੀਂ ਹੱਥ ਪਾਇਆ ਉਹਦੇ ਤੋਂ ਬਾਅਦ ਤਾਂ ਚਲੋ ਹੁਣ ਤਾਂ ਸੀਨ ਹੀ ਚੇਂਜ ਹੋ ਗਿਆ ਨਾ ਸਾਰੇ ਹੁਣ ਤਾਂ ਇਹਦੇ ਵਿੱਚ ਪੈਸੇ ਲਾਉਣ ਵਾਲੇ ਵੀ ਬਹੁਤ ਆ ਗਏ ਹੁਣ ਤਾਂ ਹਰ ਇੱਕ ਬੰਦੇ ਨੂੰ ਐ ਲੱਗਦਾ ਕਿ ਮੇਰੇ ਕੋਲ ਚਾਰ ਪੈਸੇ ਆ ਤੇ ਫਿਲਮ ਦੇ ਵਿੱਚ ਮੇਰਾ ਨਾਮ ਹੋਣਾ ਚਾਹੀਦਾ ਰੁਪਈਆਂ ਦਾ ਕੋਈ ਨਹੀਂ ਦੇ ਹੁਣ ਕਮਾਈ ਹੋਣ ਲੱਗੀ ਉਦੋਂ ਪਤਾ ਨਹੀਂ ਸੀ ਕਿ ਆਉਣਾ ਵੀ ਹੈ ਕਿ ਡੁੱਬੀ ਜਾਣੇ ਸਾਡੀ ਬਹੁਤਾ ਲੱਗਦਾ ਹੁੰਦਾ ਕਿ ਡੁੱਬੀ ਜਾਣੇ ਆ ਡੁੱਬੀ ਜਾਣੇ ਮੈਂ ਇਹ ਜ਼ਰੂਰ ਜਾਨਣਾ ਚਾਹੁੰਦਾ ਕਿ ਸਾਡੇ ਕੋਲੇ ਬਹੁਤ ਕੋਸ਼ ਹੈ ਸਾਡੇ ਕੋਲੇ ਬਹੁਤ ਸਬਜੈਕਟ ਨੇ ਹੋ ਸਕਦਾ ਕਿਉਂਕਿ ਤੁਹਾਡੇ ਤਾਂ ਮਿੱਤਰ ਨੇ ਸਾਰੇ ਤੁਹਾਡੇ ਤਾਂ ਸਰਕਲ ਦੇ ਨੇ ਹੋ ਸਕਦਾ ਤੁਸੀਂ ਜਵਾਬ ਥੋੜੇ ਜਿਹਾ ਘੱਟ ਦੇਣਾ ਚਾਹੋ ਕਿਉਂਕਿ ਸਾਰੇ ਬੰਦੇ ਗੁੱਸੇ ਵੀ ਨਹੀਂ ਕੀਤੇ ਜਾਂਦੇ ਮੈਨੂੰ ਐ ਲੱਗਦਾ ਹੁੰਦਾ ਕਿ ਠੀਕ ਹੈ ਇੱਕ ਸਮਾਂ ਸੀ ਕਿ 200 ਚੁਟਕਲੇ ਇਕੱਠਾ ਕਰਕੇ ਫਿਲਮ ਬਣਾ ਲਈ ਹੁਣ ਉਹਦੇ ਤੋਂ ਥੋੜਾ ਜਿਹਾ ਉੱਪਰ ਉੱਠਣ ਦੀ ਲੋੜ ਹੈ ਕੁਝ ਹੱਦ ਤੱਕ ਉੱਠਿਆ ਜਾ ਰਿਹਾ ਹੈ ਪਰ ਜਿੰਨੇ ਹੁਣ ਇਸ ਫਿਲਮ ਪੰਜਾਬੀ ਫਿਲਮ ਇੰਡਸਟਰੀ 'ਚ ਪੈਸੇ ਆ ਗਏ ਜਿੰਨਾ ਅਸੀਂ ਗਲੋਬਲ ਹੋ ਗਏ ਅਸੀਂ ਇੱਕ ਪਾਸੇ ਧੱਕਿਆਂ ਦੀ ਤਾਂ ਗੱਲ ਕਰਦੇ ਆ ਕਿ ਸਾਡੀ ਚੰਗੀ ਚੀਜ਼ ਨਹੀਂ ਦਿਖਾਈ ਜਾ ਰਹੀ ਹੁਣ ਅਸੀਂ ਆਪ ਹੀ ਦਿਖਾਉਣੀ ਆ ਹੋਰ ਕਿਹਨੇ ਦਿਖਾਉਣੀ ਆ ਖਾਸ ਤੌਰ ਤੇ ਜਦੋਂ ਰਾਕਟ ਉੱਪਰ ਨੂੰ ਜਾਂਦਾ ਪਹਿਲਾਂ ਤਾਂ ਉਹਦੀ ਆਪਣੀ ਸ਼ਕਤੀ ਲੱਗਦੀ ਹੈ ਇੱਕ ਸਥਾ ਆ ਜਾਂਦੀ ਜਿੱਥੋਂ ਫਿਰ ਆਪੇ ਚੜਦਾ ਕਈਆਂ ਦੇ ਰੌਕਟ ਤਾਂ ਹੁਣ ਆਪੇ ਹੀ ਚੜਦੇ ਆ ਉਹਨਾਂ ਨੂੰ ਤਾਂ ਚੜ੍ਹਦੇ ਕੰਮ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ ਅਸਲ 'ਚ ਇਹ ਨਾ ਕਰਨ ਦੇ ਪਿੱਛੇ ਨਾ ਇੱਕ ਰੀਜ਼ਨ ਹੈ ਦੋ ਰੀਜ਼ਨ ਨੇ ਬਲਕੇ ਕਿਰਾਮੇ ਬਹੁਤ ਪਹਿਲਾਂ ਉਦੋਂ ਗਦਰ ਆ ਵਾਲੀ ਸਨੀ ਦਿ올 ਦੀ ਪਹਿਲੀ ਵੀ ਨਹੀਂ ਆਈ ਸੀ ਠੀਕ ਹੈ ਜੀ ਤਾਂ ਮੈਂ ਦਲੀਪ ਸਾਹਿਬ ਨਾਲ ਅਸੀਂ ਤੁਰ ਫਿਰ ਰਹੇ ਸੀ ਤੇ ਮੈਂ ਉਹਨਾਂ ਤੋਂ ਪੁੱਛਿਆ ਮੈਂ ਕਿ ਦਲੀਪ ਸਾਹਿਬ ਤੁਸੀਂ ਤਾਂ ਇੰਡਸਟਰੀ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਹੋ ਕਿ ਰੀਜ਼ਨ ਹੈ ਕਿ ਅਸੀਂ 47 ਐਡਾ ਵੱਡੀ ਦੁਕਾਨ ਤੋਇਆ ਹੈ ਦਲੀਪ ਕੁਮਾਰ ਹਾਂ ਜੀ ਐਡਾ ਵੱਡਾ ਦੁਕਾਨ ਤੋਂ ਹੈ ਅਸੀਂ ਕੋਈ ਫਿਲਮ ਹੀ ਨਹੀਂ ਬਣਾਈ ਹੁੰਦੇ ਸਿਰਫ ਇੱਕ ਗਰਮ ਹਵਾ ਬਣੀ ਸੀ ਉਹਦੋਂ ਐਮ ਐ ਸਤਿਉ ਸਾਬ ਨੇ ਬਣਾਈ ਸੀ ਜੀ ਉਹ ਤੋਂ ਬਾਅਦ ਕੋਈ ਫਿਲਮ ਹੀ ਨਹੀਂ ਬਣੀ 47 ਤੇ ਉਹ ਜਿਹੜੀ ਆਰਥ 47 ਗਜ਼ਰ ਜਾਂ ਹੋਰ ਹੁਣ ਬਣੀ ਐ ਜਿਹੜੀਆਂ ਇਹ ਉਹਦੋਂ ਕੋਈ ਨਹੀਂ ਬਣੀ ਸੀ ਉਹਦੋਂ ਪਹਿਲਾਂ ਦੀ ਗੱਲ ਹੈ ਹਾਂ ਪਹਿਲਾਂ ਦੀ ਗੱਲ ਮੈਨੂੰ ਆਦੇ ਮਿੱਥੋ ਕਲਾਕਾਰ ਨਾ ਬਹੁਤ ਜ਼ਿਆਦਾ ਸੈਂਸਿਟਿਵ ਤਾਂ ਹੁੰਦਾ ਨਾਲ ਇਨਸਿਕਿਉਰ ਵੀ ਹੁੰਦਾ ਉਹ ਡਰਦਾ ਬਹੁਤ ਛੇਤੀ ਕਿ ਮੈਨੂੰ ਕਾਰਨਰ ਕਰ ਲਿਆ ਜਾਊਗਾ ਔਰ ਇਹ ਸੱਚ ਵੀ ਹੈ ਠੀਕ ਹੈ ਜੀ ਆ ਦੀਪਕਾ ਨੂੰ ਪਿੱਛੇ ਜੇ ਇੱਕ ਫਿਲਮ ਲਈ ਉਹ ਦਿੱਲੀ ਯੂਨੀਵਰਸਿਟੀ ਚਲੀ ਗਈ ਕਾਰਨਰ ਕਰ ਲਿਆ ਕਰ ਲਿਆ ਸੀ ਜਦ ਕਿ ਉਹਦੇ ਵਿੱਚ ਕੁਝ ਵੀ ਉਹਨੇ ਇੱਕ ਸੋਸ਼ਲ ਗੱਲ ਕੀਤੀ ਸੀ ਜਿਹਦੇ ਮੂੰਹ ਤੇ ਤਜ਼ਾਬ ਪਾਇਆ ਗਿਆ ਉਸੇ ਗੱਲ ਚ ਵੀ ਉਹਨੂੰ ਕਾਰਨਰ ਕਰ ਰਿਆ ਗਿਆ ਤੂੰ ਦਿੱਲੀ ਯੂਨੀਵਰਸਿਟੀ ਜੀਐਨਯੂ ਚ ਕਿਵੇਂ ਚਲੀ ਗਈ ਕਲਾਕਾਰ ਵਿਚਾਰੇ ਨੂੰ ਤਾਂ ਬਹੁਤ ਛੇਤੀ ਡਰਾ ਸਕਦੇ ਹੋ ਤੁਸੀਂ ਤੁਸੀਂ ਚਾਰ ਲੋਕਾਂ ਨੂੰ ਭੇਜ ਦਿਓ ਨਾਰੇ ਲਵਾ ਦਿਓ ਕੋਈ ਬੰਦਾ ਫਿਲਮ ਵੇਖਣ ਨਹੀਂ ਜਾਊਗਾ ਕਿ ਯਾਰ ਅਸੀਂ ਕਿਉਂ ਐਵੇਂ ਫਿਲਮਾਂ ਦੇ ਨਾਲ ਲੜਦੇ ਆਂ ਅਸੀਂ ਪੰਗੇ 'ਚ ਕਿਉਂ ਪੈਣਾ ਉਹਦਾ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਸੈਕਿੰਡ ਜਿਹੜੀ ਚੀਜ਼ ਹੈ ਸਭ ਤੋਂ ਅਹਿਮ ਜਿਹੜੀ ਤੁਹਾਨੂੰ ਡਰਾਉਂਦੀ ਹੈ ਜਿਵੇਂ ਹੁਣ ਮੈਂ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਦੇਖੋ ਮੈਂ ਅਜੇ ਵੀ ਜੇ ਗੁਰਪਾਲ ਹਰਪਾਲ ਕਿਸੇ ਨੂੰ ਬਣਾ ਲਾਂ ਔਰ ਉਹਨਾਂ ਨੂੰ ਕਿਵੇਂ ਵੀ ਪੇਸ਼ ਕਰਦੇ ਆ ਮੇਰੇ ਤੇ ਕਿਸੇ ਨੇ ਉਂਗਲ ਨਹੀਂ ਚੱਕਣੀ ਮੈਂ ਕਹਿ ਦੂੰਗਾ ਇਹ ਵਜੇ ਇਸ ਕੈਰੈਕਟਰ ਠੀਕ ਹੈ ਪਰ ਮੈਂ ਰੰਜੀਤ ਸਿੰਘ ਵੇਲੇ ਤਾਂ ਨਹੀਂ ਕਰ ਸਕਦਾ ਨਾ ਮੈਨੂੰ ਰੰਜੀਤ ਸਿੰਘ ਹੁਰਾਂ ਦਾ ਚਿਹਰਾ ਵੀ ਉਹੀ ਰੱਖਣਾ ਪੈਣਾ ਜੋ ਉਹਨਾਂ ਦਾ ਸੀ ਉਹਨਾਂ ਦਾ ਕਦ ਕਾਠ ਵੀ ਉਹੀ ਰੱਖਣਾ ਪੈਣਾ ਉਹਨਾਂ ਦਾ ਤੌਰ ਤਰੀਕਾ ਵੀ ਉਹੀ ਫੜਨਾ ਪੈਣਾ ਜਿਵੇਂ ਉਹ ਬੈਂਦੇ ਸੀ ਕਿਵੇਂ ਉਹ ਗੱਲ ਕਰਦੇ ਸੀ ਐਸ ਰਤਬੇ ਤੇ ਪਹੁੰਚੇ ਆ ਉਹ ਮੈਨੂੰ ਨਾਲ-ਨਾਲ ਹਿਸਟੋਰਿਕਲੀ ਉਹ ਕਹਿੋ ਜੇ ਸੀ ਉਹ ਵੀ ਵਖਣਾ ਨਾਲ-ਨਾਲ ਮੈਨੂੰ ਪਰਸੈਪਸ਼ਨ ਤੇ ਵੀ ਗੌਰ ਕਰਨਾ ਹੈ ਕਿ ਉਹਨਾਂ ਬਾਰੇ ਪਰਸੈਪਸ਼ਨ ਕੀ ਹੈ ਜੀ ਅਜੀਤ ਸਿੰਘ ਨਲਵੇ ਹੌਰਾਂ ਦੀ ਪਰਸੈਪਸ਼ਨ ਤੇ ਕਾਰਨਾਮੇ ਤੇ ਸੱਚ ਇੱਕੋ ਜਿਹਾ ਰঞ্জੀਤ ਸਿੰਘ ਬਾਰੇ ਫਰਕ ਹੈ ਰঞ্জੀਤ ਸਿੰਘ ਬਹਾਦਰ ਕਮਾਲ ਦੇ ਸੀ ਪਰ ਫਿਜ਼ੀਕਲੀ ਜ਼ਿਆਦਾ ਤਕੜੇ ਨਜ਼ਰ ਨਹੀਂ ਆਉਂਦੇ ਸੀ ਹੂੰ ਉਹ ਜਸਟੀਫਾਈ ਕਿੱਦਾਂ ਕਰਨਾ ਹੁਣ ਇਸ ਚੀਜ਼ ਨੂੰ ਜਸਟੀਫਾਈ ਕਰਨਾ ਪਿੱਛੇ ਜੇ ਇੱਕ ਫਿਲਮ ਬਣੀ ਸੀ 올ਿਵਰ ਸਟੋਨ ਹੋਰਾਂ ਨੇ ਬਣਾਈ ਸੀਗੀ ਅਲੈਗਜ਼ੈਂਡਰ ਠੀਕ ਹੈ ਹੁਣ ਅਲੈਗਜ਼ੈਂਡਰ ਦੀ ਗ੍ਰੇਟ ਜਾਂ ਸਿਕੰਦਰ ਮਹਾਨ ਕਹਿ ਕੇ ਅਸੀਂ ਕਹਿੰਦੇ ਆ ਉਹ ਦੁਨੀਆ ਦਾ ਬਹੁਤ ਵੱਡਾ ਜਿਹਨੇ ਦੁਨੀਆਂ ਜਿੱਤਣ ਦੀ ਕੋਸ਼ਿਸ਼ ਕੀਤੀ ਔਰ ਜਿੱਤ ਵੀ ਲਈ ਬਹੁਤ ਉਸ ਬੰਦੇ ਨੂੰ ਉਹਨਾਂ ਨੇ ਗੇ ਬਣਾਤਾ ਫਿਲਮ ਚ ਅੱਛਾ ਔਰ ਉਹ ਸਭ ਤੋਂ ਮਹਿੰਗੀ ਫਿਲਮ ਸੀ ਦੁਨੀਆ ਦੀ ਉਦੋਂ ਜਦੋਂ ਉਹ ਰਿਲੀਜ਼ ਹੋਈ ਸੀ ਅੱਜ ਤੋਂ 20 15 ਸਾਲ ਪਹਿਲਾਂ ਉਹ ਫਿਲਮ ਨਹੀਂ ਚੱਲੀ ਪਤਾ ਕਿਉਂ ਜਦ ਕਿ ਹਿਸਟੋਰਿਕਲੀ ਅੱਧੇ ਰਾਈਟਰ ਇਸ ਗੱਲ ਨੂੰ ਸੱਚ ਮੰਨਦੇ ਨੇ ਤੇ ਅੱਧੇ ਨਹੀਂ ਮੰਨਦੇ ਠੀਕ ਹੈ ਅੱਛਾ ਅੱਧਾ ਸੀਗਾ ਸੱਚ ਮੰਨਣਾ ਹਾਂ ਅੱਧਾ ਅੱਧਾ ਹੈ ਠੀਕ ਹੈ ਦੁਨੀਆ ਦੀ ਹਿਸਟਰੀ ਦਾ ਕਿ ਸੀਗਾ ਉਹ ਬਟ ਉਹਦੀ ਪਰਸੈਪਸ਼ਨ ਮਹਾਨ ਦੀ ਸੀ ਗ੍ਰੇਟ ਦੀ ਸੀ ਜਦੋਂ ਲੋਕ ਫਿਲਮ ਵੇਖਣ ਗਏ ਗਲੇ ਨਹੀਂ ਉਤਰੀ ਗਲੇ ਨਹੀਂ ਉਤਰੀ ਗੱਲ ਠੀਕ ਹੈ ਇਸ ਕਰਕੇ ਤੁਹਾਨੂੰ ਕਈ ਵਾਰੀ ਹਿਸਟੋਰਿਕਲੀ ਬੰਦੇ ਹੋਵੇ ਜੱਚ ਨਹੀਂ ਰਹੇ ਹੁੰਦੇ ਉਹ ਬਹੁਤ ਛੋਟੇ ਬਹੁਤ ਦੇਖਣ ਚ ਉਸ ਤਰ੍ਹਾਂ ਦੇ ਖੂਬਸੂਰਤ ਨਹੀਂ ਸੀਗੇ ਪਰ ਉਹਨਾਂ ਦੀ ਪਰਸੈਪਸ਼ਨ ਐਡੀ ਵੱਡੀ ਬਣੀ ਹੋਈ ਹੈ ਕਿ ਤੁਹਾਨੂੰ ਆਉਣ ਜਿਵੇਂ ਅਕਬਰ ਸੀ ਜੀ ਅਕਬਰ ਕੱਦ ਚ ਛੋਟਾ ਸੀ ਪਰ ਸਾਡੇ ਦੋ ਫਿਲਮਾਂ ਬਣੀਆਂ ਅਕਬਰ ਜੋਦਾ ਉਹਦੇ ਚ ਰਿਤਿਕ ਰੋਸ਼ਨ ਹੈ ਮੁਗਲੇ ਆਜ਼ਮ ਪ੍ਰithvi ਰਾਜਕਪੂਰ ਦੋਨੇ 6 ਫੁੱਟ 2 ਇੰਚ ਨੇ ਜੀ ਜਦ ਕਿ ਅਕਬਰ ਛੋਟਾ ਸੀ ਛੋਟਾ ਸੀ ਉਹਨਾਂ ਨੇ ਕੀ ਕੀਤਾ ਪਰਸੈਪਸ਼ਨ ਦੇ ਮਗਰ ਗਏ ਹੂੰ ਔਰ ਕਾਮਯਾਬ ਵੀ ਹੋ ਗਏ ਕਾਮਯਾਬੀ ਵੀ ਹੋ ਪਰ ਜਿੱਥੇ ਤੁਸੀਂ ਹੋਰ ਕ੍ਰਿਟੀਕਲ ਹੋਵੋ ਜਿਵੇਂ ਰਣਜੀਤ ਸਿੰਘ ਬਾਰੇ ਬਹੁਤ ਜ਼ਿਆਦਾ ਕ੍ਰਿਟੀਕਲ ਨੇ ਸਾਡੇ ਲੋਕ ਸਾਨੂੰ ਇਹ ਦੋਨੇ ਚੀਜ਼ਾਂ ਨੂੰ ਬਰਾਬਰ ਮੈਚ ਕਰਨਾ ਪਊਗਾ ਤੁਹਾਨੂੰ ਉਹਨਾਂ ਨੂੰ ਤੋੜਨਾ ਪੈਣਾ ਇੱਕ ਬਾਦਸ਼ਾਹ ਆਪਦੇ ਹੱਥ ਪੈਰ ਜ਼ਿਆਦਾ ਨਹੀਂ ਹਲਾਉਂਦਾ ਜੀ ਉਹ ਕਿਵੇਂ ਬੋਲਣਗੇ ਦੁਨੀਆ ਦੇ ਸ਼ਾਸਕ ਜਦੋਂ ਸਾਹਮਣੇ ਆ ਕੇ ਬੈੰਦੇ ਸੀ ਚਾਹੇ ਉਹ ਗੋਰੇ ਹੋਣ ਜਾਂ ਉਧਰੋਂ afghan ਤੋਂ ਆਏ ਹੋਣ ਤੁਸੀਂ ਕਿਵੇਂ ਗੱਲਬਾਤ ਕਰਾਉਂਗੇ ਉਹਨਾਂ ਦੀ ਉਹਨਾਂ ਦਾ ਐਟਮਾਸਫੇਅਰ ਕਿਹੋ ਜਿਹਾ ਹੋਵੇ ਕੁਝ ਗੱਲਾਂ ਤਾਂ ਰਿਸਰਚ ਦੀਆਂ ਹੁੰਦੀਆਂ ਨੇ ਕਿ ਬਰਤਨ ਕਿਵੇਂ ਯੂਜ਼ ਹੋਣਗੇ ਕੁਰਸੀ ਕਿਹੋ ਜਿਹੀ ਯੂਜ਼ ਹੋਊਗੀ ਬਟ ਜਿਹੜਾ ਐਟੀਟਿਊਡ ਹੈ ਉਹ ਕਿਹਨੇ ਵੇਖਿਆ ਕਿ ਰਣਜੀਤ ਸਿੰਘ ਹੱਥ ਬਹੁਤ ਹਲਾਉਂਦਾ ਸੀ ਉੱਚੀ ਬੋਲਦਾ ਸੀ ਤੇਜ਼ ਬੋਲਦਾ ਸੀ ਜਾਂ ਹੌਲੀ ਬੋਲਦਾ ਸੀ ਹੂੰ ਕਿਹੋ ਜੇ ਸ਼ਬਦਾਂ ਦਾ ਇਸਤੇਮਾਲ ਕਰਦੇ ਸੀ ਜਦਕਿ ਰਣਜੀਤ ਸਿੰਘ ਉਰੀ ਪੜ੍ਹੇ ਨਹੀਂ ਸੀ ਪਰ ਪੜ੍ਹੇ ਲਿਖਿਆਂ ਦੀ ਕਦਰ ਬਹੁਤ ਕਰਦੇ ਸੀ ਔਰ ਹਮੇਸ਼ਾ ਕੁਛ ਨਾ ਕੁਛ ਹਿਸਟੋਰਿਕਲੀ ਲਿਖਿਆ ਸੁਣਦੇ ਰਹਿੰਦੇ ਸੀ ਆਪਣੇ ਫਕੀਰ ਅਜ਼ੀਜ਼ਉਦੀਨ ਔਰ ਰਾਤੋ ਉਹ ਸੁਣਨ ਤੋਂ ਬਾਅਦ ਹੌਲੀ ਰਿਐਕਟ ਉਹਨਾਂ ਨੇ ਬਹੁਤ ਸਾਰੇ ਫ੍ਰਾਂਸੀਸੀ ਰੱਖੇ ਕਿਉਂਕਿ ਨਪੋਲੀਅਨ ਬਾਰੇ ਉਹ ਜਾਣਗੇ ਸੀ ਜੀ ਉਹਦੇ ਬਾਰੇ ਸੁਣ ਲਿਆ ਸੀ ਉਹਨਾਂ ਨੇ ਪੜ੍ਹਾ ਲਿਆ ਸੀ ਲੋਕਾਂ ਤੋਂ ਤਾਂ ਤੁਹਾਨੂੰ ਉਹ ਕੈਰੈਕਟਰ ਨੂੰ ਉਹਵੇਂ ਬਣਾਉਣਾ ਇਹਦੇ ਤੇ ਮਿਹਨਤ ਬਹੁਤ ਹੈ ਬਾਤ ਜੀ ਔਰ ਕੱਲੇ ਔਰ ਰਣਜੀਤ ਸਿੰਘ ਦੀ ਨਹੀਂ ਫਿਰ ਜਿੰਦਾ ਦੀ ਵੀ ਓਨੀ ਹੋਊਗੀ ਹਰੀ ਸਿੰਘ ਨਲੂਏ ਦੀ ਵੀ ਫਤੇ ਸਿੰਘ ਆਲੂ ਵਾਲੀਏ ਦੀ ਵੀ ਓਨੀ ਹੋਊਗੀ ਸ਼ਾਜਵਾਨ ਦੀ ਵੀ ਓਨੀ ਹੋਊਗੀ ਕਾਬਲ ਵਾਲੇ ਨੂੰ ਵੀ ਵਿਖਾਉਣਾ ਲੈਂਗੁਏਜ ਵੀ ਫੜਨੀ ਹੈ ਤੁਸੀ ਉਦੋਂ ਐਕਸੈਂਟ ਕੀ ਹੁੰਦਾ ਸੀ ਔਖਾ ਕੰਮ ਹੋ ਜਾਂਦਾ ਠੀਕ ਹੈ ਤੇ ਜਿੱਥੇ ਤੁਹਾਡਾ ਕੰਮ ਚਾਰ ਚੁਟਕਲੇ ਇਕੱਠੇ ਕਰਕੇ ਜੋੜ ਕੇ ਨਿਕਲ ਜਾਣਾ ਤੇ ਕਿਤੇ ਤੁਸੀਂ ਇੰਨਾ ਕੰਮ ਕਰਨਾ ਔਰ ਉਸ ਤੋਂ ਬਾਅਦ ਵੀ ਤੁਸੀਂ ਖਤਰਾ ਸਹਿੜਨਾ ਕਿ ਉਹਨੂੰ ਵੇਖਣ ਲਈ ਤਾਂ ਲੋਕ ਪੱਕੇ ਆਉਣਗੇ ਤੁਹਾਡੇ ਬਾਰੇ ਸ਼ੱਕ ਹੈ ਬਹੁਤ ਸਾਰੇ ਲੋਕਾਂ ਲਈ ਇਹ ਇੱਕ ਜਸਟੀਫਿਕੇਸ਼ਨ ਹੈ ਇਹਨੂੰ ਨਾ ਕਰਨਾ ਪਰ ਨਾਲ ਨਾਲ ਅਸਲ 'ਚ ਉਹਨਾਂ ਦੀ ਕੂਵਤ ਤੋਂ ਵੀ ਇਹ ਬਾਹਰ ਦੀ ਗੱਲ ਹੁੰਦੀ ਹੈ ਕਿ ਉਹ ਇੰਨੀਆਂ ਚੀਜ਼ਾਂ ਨੂੰ ਜ਼ਮਾਕ 'ਚ ਰੱਖ ਕੇ ਉਹਨੂੰ ਇੰਪਲੀਮੈਂਟ ਕਰਦੇ ਹੋਏ ਉਸ ਤਸਵੀਰ ਨੂੰ ਮੁਕੰਮਲ ਕਰਕੇ ਤੁਹਾਡੇ ਸਾਹਮਣੇ ਰੱਖਦੇ ਨੇ ਨਹੀਂ ਠੀਕ ਹੈ ਜੀ ਗੱਲ ਸਮਝ ਆ ਗਈ ਪਰ ਜੇ ਕਿਤੇ ਰੱਖੀ ਜਾਵੇ ਜੀ ਫਿਰ ਉਹ ਹਿਸਟਰੀ ਕ੍ਰੀਏਟ ਹੋਏਗੀ ਫਿਰ ਹਿਸਟਰੀ ਕ੍ਰੀਏਟ ਹੋਏਗੀ ਨਹੀਂ ਠੀਕ ਹੈ ਜੀ ਇੱਕ ਮੈਨੂੰ ਅਮਤੋਜ ਬਾਜੀ ਹੋਰ ਥੋੜੀ ਜੀ ਗੱਲ ਇੱਕ ਸੈਟੀਸਫੈਕਸ਼ਨ ਦੀ ਇੱਕ ਸੰਤੁਸ਼ਟੀ ਦੀ ਗੱਲ ਤੁਸੀਂ ਪਿੰਡ ਚ ਰਹੇ ਹੋ ਕਦੇ ਬਹੁਤ ਮੈਂ ਪਿੰਡ ਚ ਹੀ ਰਹਿਆ ਜਿਵੇਂ ਮੈਂ ਪਿੰਡੂ ਆ ਪੱਕਾ ਪਿੰਡੂ ਆ ਮੈਂ ਕਦੇ ਕਦੇ ਸੋਚਦਾ ਹੁੰਨਾ ਕਿ ਉਦੋਂ ਸੰਤੁਸ਼ਟੀ ਸਾਧਨ ਥੋੜੇ ਸੀ ਬਿਜਲੀ ਘਟ ਆਉਂਦੀ ਸੀ ਇਨਵਰਟਰ ਹੁੰਦੇ ਨਹੀਂ ਸੀ ਮਛਰ ਦਾ ਨਿਦਰਾਜ ਸੀ ਜਦੋਂ ਥੋੜੀ ਥੋੜੀ ਠੰਡ ਹੋਣ ਲੱਗ ਪੈਂਦੀ ਸੀ ਖੇਸੀ ਦੀ ਬੁੱਕਲ ਮਾਰ ਕੇ ਆਂਡੀਆਂ ਗਵਾਂਡੀਆਂ ਨਾਲ ਗੱਲਾਂ ਕਰਨਾ ਕਿਸੇ ਦੇ ਵੀ ਘਰ ਚਲੇ ਜਾਣਾ ਤੇ ਕੁੰਡਾ ਖੜਕਾਉਣ ਦੀ ਲੋੜ ਨਾ ਹੋਣੀ ਤੇ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਰੋਟੀ ਕਿਦੇ ਘਰੋਂ ਖਾ ਲਈ ਆ ਤੇ ਰੋਟੀ ਦੇ ਉੱਪਰ ਹੀ ਸਾਗ ਰੱਖ ਕੇ ਖਾ ਲੈਣਾ ਥੋੜੇ ਜਿਹਾ ਕਿ ਹੋਰ ਪਵਾ ਲੈਣਾ ਤੇ ਕਹਣਾ ਅੱਜ ਸਾਗ ਨੂੰ ਤੜਕਾ ਲਾਓ ਵੀ ਕੱਢੋ ਜਰਾ ਬਾਹਰਲੇ ਪਾਸੇ ਨੂੰ ਕਿਤੇ ਉੱਤੇ ਕੋਈ ਚੀਜ਼ ਬਣਨੀ ਗਵਾਂਡੀਆਂ ਦੇ ਦੇਖ ਕੇ ਆਉਣੀ ਯਾਨੀ ਕਦੇ-ਕਦੇ ਐਂ ਲੱਗਦਾ ਸੀ ਕਿ ਸਾਨੂੰ ਬੇਵਜਾ ਹੀ ਦਿਨ ਦੇ ਵਿੱਚ ਕਈ-ਕਈ ਵਾਰ ਸੰਤੁਸ਼ਟੀ ਮਿਲਦੀ ਸੀ ਆਹਾਂ ਭਾਈ ਚਾਚੇ ਨੂੰ ਮਿਲ ਕੇ ਗਵਾਂਡੀਆਂ ਨੂੰ ਮਿਲ ਕੇ ਛੋਟੇ ਬੱਚੇ ਨੂੰ ਮਿਲ ਕੇ ਅੱਜ ਉਹ ਸੰਤੁਸ਼ਟੀ ਖਤਮ ਹੋ ਗਈ ਬਿਲਕੁਲ ਤੇ ਉਹਦਾ ਸ਼ਾਇਦ ਜੁਰਮਾਨਾ ਵੀ ਸਾਨੂੰ ਹੁਣ ਲੱਗ ਰਿਹਾ ਜਦੋਂ ਸੰਤੁਸ਼ਟੀ ਖਤਮ ਹੋਵੀ ਘਰਾਂ ਦੇ ਵਿੱਚ ਲੜਾਈ ਝਗੜੇ ਪੈਦਾ ਹੋ ਗਏ ਮੈਂ ਤਾਂ ਕਈ ਵਾਰ ਐ ਸੋਚਦਾ ਹੁੰਨਾ ਕਿ ਅਸੀਂ ਆਪਣਿਆਂ ਨੂੰ ਹੀ ਸੈਣੋਂ ਹਟ ਗਏ ਬਹੁਤ ਚੀਜ਼ ਆਪਣਿਆਂ ਨੂੰ ਸੈਣੋਂ ਹਟ ਗਏ ਕਿ ਸਾਨੂੰ ਐ ਲੱਗਦਾ ਕਿ ਇਹ ਦਖਲਅੰਦਾਜ਼ੀ ਆ ਸਾਡੇ ਲਈ ਵੀ ਉਹ ਸਾਡੇ ਕੰਮ 'ਚ ਸ਼ਾਇਦ ਵਿਗਨ ਪਾਉਂਦੇ ਆ ਹੁਣ ਬਜ਼ੁਰਗ ਨੂੰ ਖੰਗ ਆਉਂਦੀ ਆ ਤਾਂ ਆਉਂਦੀ ਆ ਅਸੀਂ ਵੀ ਬਜ਼ੁਰਗ ਹੋਣਾ ਸਾਨੂੰ ਵੀ ਖੰਗ ਆਉਣੀ ਆ ਤੇ ਜੇ ਜੇ ਸਾਨੂੰ ਐ ਲੱਗੇ ਕਿ ਪਾਈ ਉਹਨੇ ਗਲਾਸ ਪਾਣੀ ਦਾ ਮੰਗ ਲਿਆ ਤੇ ਅਸੀਂ ਹੁਣ ਰਜਾਈ ਦੇ ਵਿੱਚ ਉੱਠ ਕੇ ਕਿੱਥੋਂ ਕਿੱਥੇ ਨੂੰ ਜਾਈਏ ਕਿਉਂ ਜਾਈਏ ਇਹ ਸਾਰੀਆਂ ਚੀਜ਼ਾਂ ਮੈਨੂੰ ਕਦੇ-ਕਦੇ ਐਨ ਲੱਗਦਾ ਕਿ ਸਾਡੇ ਨਿਗਾਰ ਦਾ ਸਭ ਤੋਂ ਵੱਡਾ ਕਾਰਨ ਨੇ ਅਸੀਂ ਕਿੱਥੇ ਤੇ ਬਗਾਨਿਆਂ ਨੂੰ ਵੀ ਸਾਹਮਦੇ ਸੀ ਤੇ ਅੱਜ ਸਾਨੂੰ ਆਪਣੇਆਂ ਤੋਂ ਵੀ ਕਿਤੇ-ਕਿਤੇ ਤੰਗੀ ਹੋਣ ਲੱਗ ਪਈ ਅਸਹਿਮਤ ਹੋ ਕੇ ਸਹਿਮਤ ਹੋ ਬਿਲਕੁਲ ਸਹਿਮਤ ਹਾਂ ਮੈਂ ਤੁਹਾਡੇ ਨਾਲ ਬਲਕਿ ਅਸੀਂ ਕੁਝ ਨਵਾਂ ਸਿੱਖਣਾ ਸੀ ਜੀ ਤੇ ਮਾੜੀ ਗੱਲ ਇਹ ਹੋਈ ਜੋ ਸਿੱਖਿਆ ਹੋਇਆ ਸੀ ਉਹ ਵੀ ਗਵਾ ਲਿਆ ਮੈਂ ਹਮੇਸ਼ਾ ਇੱਕ ਗੱਲ ਮੈਨੂੰ ਲੱਗਦੀ ਹੈ ਮਹਿਸੂਸ ਵੀ ਹੁੰਦੀ ਮੈਂ ਕਈ ਵੀ ਕਈ ਵਾਰੀ ਕਿ ਜਿਹੜਾ ਬਚਪਨ ਮੈਂ ਹੰਡਾਇਆ ਹੈ ਜਿਦੇ ਚ ਸਾਰੀਆਂ ਗੱਲਾਂ ਸ਼ਾਮਿਲ ਸੀ ਜੀ ਮੈਨੂੰ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਵਧੀਆ ਬਚਪਨ ਸੀ ਜੀ ਉਦੋਂ ਖੇਡਣਾ ਵੀ ਫੁੱਲ ਸਵੇਰ ਉੱਠ ਕੇ ਲੱਗ ਪੈਣਾ ਖੇਡਣਾ ਕਿਸੇ ਦੇ ਘਰੇ ਵੜ ਜਾਣਾ ਸਾਡੇ ਪਿੰਡ ਕੀ ਹੁੰਦਾ ਸੀ ਮੈਨੂੰ ਮਾੜੀ ਜੀ ਆ ਸੌਕ ਸੀਗੀ ਕਰੋ ਕੰਮਕਾਰ ਵੱਲੋਂ ਜੀ ਤੇ ਮੈਂ ਲੋਕਾਂ ਦੇ ਪੱਠੇ ਕੁਤਰੌਣੇ ਜਾ ਜਾ ਕੇ ਚੱਲੂ ਖੇਡਣ ਲਈ ਟੀਮ ਕੱਟ ਗਈ। ਆਪੇ ਤੇਰਾ ਕੰਮ ਟਾਈਮ ਨਾ ਤੇਰਾ ਕੰਮ ਟਾਈਮ ਨਾ ਨਵੇੜਦੇ ਮੈਂ ਪੱਠੇ ਕੁਤਰੌਣੇ ਜਾ ਕੇ ਨਾਲੇ ਮੈਂ ਇਹ ਸਮਝਣਾ ਕਿ ਪੱਠੇ ਕੁਤਰੂੰਗਾ ਤਾਂ ਚੈਸਟ ਬਣੂਗੀ ਬਾਈਸੈਪ ਬਣਨਗੇ ਨੇਚਰਲ ਐਕਸਰਸਾਈਜ਼ ਮੈਂ ਪੱਠੇ ਕੁਤਰੌਣੇ ਜਾ ਕੇ ਫਿਰ ਅਸੀਂ ਢੇਰੀਆਂ ਪਾਉਣ ਖੇਡਣਾ ਜਿਵੇਂ ਛੋਟੇ ਹੁੰਦੇ ਸੀ ਜਦੋਂ ਪੰਜਵੀਂ ਤੋਂ ਵੀ ਥੱਲੇ ਢੇਰੀਆਂ ਪਾਉਣ ਮੀਨ ਸਾਰੇ ਪਿੰਡ 'ਚ ਕਿਸੇ ਦੇ ਘਰੇ ਰਾਤ ਨੂੰ ਕਿਤੇ ਵੀ ਢੇਰੀ ਪਾਉਣੀ ਔਰ ਦੂਜੀ ਟੀਮ ਨੇ ਉਹ ਢੇਰੀਆਂ ਢਾਉਣੀਆਂ ਢਾਉਣੀਆਂ ਖੀਰ ਤੇ ਜਿਹਦੀਆਂ ਵੱਧ ਹੋ ਗਈਆਂ ਉਹ ਜਿੱਤ ਗਿਆ ਜਿੱਤ ਗਿਆ ਹੁਣ ਐਜੀ ਖੇਡ ਚ ਤੁਸੀਂ ਸੋਚੋ ਉਦੋਂ ਦਾ ਭਾਈਚਾਰਾ ਕਿੰਨਾ ਚਾਲਕਾ ਦਾ ਹੂੰ ਹੂੰ ਕਿ ਕਿਸੇ ਦੇ ਘਰੇ ਕੁੰਡਾ-ਗੁੰਡਾ ਘੜਕਾਉਣਾ ਦਰਵਾਜ਼ੀ ਨਹੀਂ ਸੀ ਦਰਵਾਜ਼ੀ ਨਹੀਂ ਸੀ ਜਿਹਦੇ ਮਰਜ਼ੀ ਵਹ ਜਾਣਾ ਕਿੱਥੇ ਕੱਚੀ ਜਾਏ ਉਦੋਂ ਕੱਚੀ ਹੁੰਦੀ ਸੀ ਜ਼ਿਆਦਾ ਹਰ ਥਾਂ ਤੇ ਢੇਰੀ ਪਾਉ ਆਉਣੀ ਜਾ ਕੇ ਇਹ ਜਿਹੜਾ ਪਿੰਡਾਂ ਦਾ ਉਦੋਂ ਭਾਈਚਾਰਾ ਹੁੰਦੇ ਨਾ ਸ਼ਾਮ ਨੂੰ ਸਾਰਾ ਪਿੰਡ ਬਾਹਰ ਹੁੰਦਾ ਸੀ ਬਾਹਰ ਹੁੰਦਾ ਸੀ ਸਵਾਲ ਇਹ ਪਿਆ ਹੁੰਦਾ ਘੜੀ ਖੇਡਦਾ ਸੀ ਕੋਈ ਵਾਲੀਬਾਲ ਦਾ ਵੀ ਨੈਟ ਲੱਗਿਆ ਹੁੰਦਾ ਹੀ ਸਾਡੇ ਜਾਂ ਕੋਈ ਹੋਰ ਖੇਡ ਖੇਡ ਲੋ ਕਈ ਦਿਓ ਡائیں ਲੈ ਕੇ ਹੌਕੀ ਖੇਢੀ ਜਾਂਦੇ ਸੀ ਬਿਲਕੁਲ ਠੀਕ ਹੈ ਇੱਕ ਕਮਾਲ ਦਾ ਐਟਮਾਸਫੇਅਰ ਹੁੰਦਾ ਸੀ ਕੁਦੋ ਬਣਾਈ ਦੀ ਸੀ ਕੁਦੋ ਮੇਰਾ ਤਾਇਆ ਹੁੰਦਾ ਹੀ ਤਾਇਆ ਪ੍ਰੀਤਾ ਉਹਨੇ ਖੁੱਦੋ ਮੜਨੀ ਮੜਨੀ ਆਂਦੇ ਹੁੰਦੇ ਸੀ ਉਹ ਇੰਨੀ ਕਰੜੀ ਮੜੜਦਾ ਸੀ ਅਸੀਂ ਉਹਦੇ ਨਾਲ ਮਾਰਕੁਟਾਈ ਖੇਡਣਾ ਕਿਦੀ ਢੂਈ ਚ ਵੱਜ ਜਾਂਦੀ ਸੀ ਸ਼ੁਰੂ ਸ਼ੁਰੂ ਚ ਦੂਰਾ ਹੋ ਜਾਣਾ ਦੂਰਾ ਹੋ ਜਾਂਦਾ ਸੀ ਉਹ ਜਦੋਂ ਉਹ ਢਿੱਲੀ ਹੁੰਦੀ ਉਦੋਂ ਬਾਅਦ ਉਹ ਸੈਨਯੋਗੀ ਜੀ ਪਹਿਲਾਂ ਤਾਂ ਸਹਿ ਨਹੀਂ ਹੁੰਦੀ ਸੀ ਉਹਦੇ ਨਾਲ ক্রিকেট ਖੇਡ ਸਕਦੇ ਸੀ ਤੁਸੀਂ ਅਸੀਂ ਕੋਈ ਖੇਮ ਨਹੀਂ ਛੱਡੀ ਜੀ ਚੈਸ ਮੈਂ ਖੇਡਿਆ ਚੈਸ ਤੋਂ ਲੈ ਕੇ ক্রিকেট ਦੇ ਵਿੱਚ ਕਬੱਡੀ ਵੀ ਖੇਡੇ ਜੀ ਉਹ ਗੜੀਆਂ ਸ਼ੱਕਰ ਭੱਜੀ ਤੇ ਦੂਜੀਆਂ ਦਣ ਭਾ ਕੇ ਉਹ ਵਾਲੀਆਂ ਉਹ ਤਾਂ ਛੱਡ ਹੀ ਦਿਓ ਉਹ ਤਾਂ ਇੰਨੀਆਂ ਸੀਗੀਆਂ ਸਾਰਾ ਦਿਨ ਇਹ ਕੰਮ ਕਰੀਦਾ ਸੀ ਔਰ ਭਾਈਚਾਰਾ ਕਮਾਲ ਦਾ ਕਮਾਲ ਦਾ ਹੁੰਦਾ ਕਿਸੇ ਦੇ ਘਰੇ ਬਹਿ ਕੇ ਖਾ ਲਉ ਤੁਹਾਨੂੰ ਮਲਜੋਰੀ ਖਵਾ ਦਿੰਦੇ ਆ ਖਵਾ ਦਿੰਦੇ ਏਦਾਂ ਕਿ ਤਾ ਕਹਾਂ ਯਾਰ ਤੂੰ ਖਾ ਜਾ ਕਿਵੇਂ ਹੋ ਸਕਦਾ ਵੀ ਉਹ ਰੋਟੀ ਖਾਂਦੇ ਆਪਾਂ ਨਾ ਖਾਈ ਆ ਆਪਾਂ ਨਾ ਖਾਈ ਉੱਥੇ ਚਲੇ ਗਏ ਇਹ ਛਿੜੀ ਅਸੀਂ ਗਵਾਲਿਆ ਹੈ ਨਾ ਜੀ ਕਦੇ-ਕਦੇ ਮੈਨੂੰ ਲੱਗਦਾ ਹੁੰਦਾ ਵਟਸਐਪ ਕਿ ਤਰੱਕੀ ਨਾ ਤੁਹਾਡਾ ਕਲਚਰ ਖੋ ਲੈਂਦੀ ਲੈਂਦੀ ਹੈ ਨਜ਼ਰ ਆ ਰਿਹਾ ਏਰੇ ਨਜ਼ਰ ਆ ਰਿਹਾ ਅਸੀਂ ਕਿਤੇ ਉਸ ਪੰਜਾਬ ਵੱਲ ਵਾਪਸ ਲੋਟ ਜੀ ਤਾਂ ਕਮਾਲ ਹੋ ਜਾ ਕਮਾਲ ਹੋ ਜੀ ਇੱਕ ਹਾਂ ਪਲੀਜ਼ ਪਲੀਜ਼ ਨਹੀਂ ਨਹੀਂ ਪਲੀਜ਼ ਮੈਂ ਇਹਦੇ ਵਿੱਚ ਇੱਕ ਗੱਲ ਕਰਨੀ ਸੀ ਕਿ ਮੈਨੂੰ ਕ ਲੱਗਦਾ ਕਿ ਇਸ ਸਾਰੇ ਚੀਜ਼ ਦੇ ਵਿੱਚ ਅਸੀਂ ਨਿਆਣੇ ਸੋਹਲ ਕਰ ਲੈ ਆਮ ਹੀ ਗੋਡੇ ਛੇਲੋਏ ਹੁੰਦੇ ਦੋ ਕਫੋੜੇ ਹੋ ਜਾਂਦੇ ਨਾ ਕਿਉਂਕਿ ਬੂਟਵਾੜ ਤਾਂ ਬਹੁਤੇ ਹੁੰਦੇ ਨਹੀਂ ਚਬੜਾ ਜਾਂਦੇ ਨਾ ਇੱਕ ਦਾ ਪਾਟੀ ਹੋਇਆ ਰਹਿਣਾ ਤੇ ਹੁਣ ਹੁਣ ਤਾਂ ਨਿਆਣੇ ਦੇ ਕੁਝ ਹੋ ਜਵੇ ਸਹੀ ਲਾਲਾ ਲਾਲਾ ਹੋ ਜਾਂਦੀ ਚਾ ਮੈਂ ਨਾ ਇਸ ਗੱਲ ਨੂੰ ਨੋਟ ਕਰਦਾ ਮੇਰਾ ਹਰ ਰੋਜ਼ ਦਾ ਮੈਨੂੰ ਯਾਸ ਲਈ ਮੈਂ ਨਾ ਛਿਲਿਆ ਜਾਵਾ ਹਾਂਜੀ ਇਹ ਪੋਸੀਬਲ ਨਹੀਂ ਸੀ ਤੇ ਅੱਜ ਮੇਰੇ ਬੱਚੇ ਤੇ ਥੋੜੇ ਜਿਹੇ ਛਿਲਿਆ ਜਾਂਦਾ ਤਾਂ ਕਿੱਥੋਂ ਹੋ ਗਿਆ ਕਿਉਂ ਹੋ ਗਿਆ ਹੱਥ ਤਾਂ ਨਹੀਂ ਲਾਇਆ ਕਿਸੇ ਨੇ ਇਹ ਇੱਕ ਗੱਲ ਮੇਰੇ 'ਚ ਵੀ ਆ ਗਈ ਹੈ ਜੀ ਇਹ ਸਾਨੂੰ ਜਿਹੜਾ ਅੱਜ ਦਾ ਪ੍ਰੈਜ਼ੈਂਟ ਹੈ ਨਾ ਜੀ ਇਹਨੇ ਦੇਤੀ ਗਿਫਟ ਕਰਕੇ ਅਸੀਂ ਇਹਦੇ ਤੋਂ ਸਾਨੂੰ ਬਚਣਾ ਪਊਗਾ ਸਾਨੂੰ ਇੱਕ ਦੂਜੇ ਤੇ ਏਤਬਾਰ ਵਧਾਉਣਾ ਪਊਗਾ ਤੇ ਬੱਚਿਆਂ ਨੂੰ ਮੈਂ ਬੰਬੇ ਤੋਂ ਲੈ ਕੇ ਆਇਆ ਇੱਥੇ ਬੱਚੇ ਉਹਦਾ ਰੀਜ਼ਨ ਇਹੀ ਸੀ ਕਿ ਮੈਂ ਆਪ ਦੇਰ ਦਾ ਬਚਪਨ ਇਹਨਾਂ ਨੂੰ ਥੋੜਾ ਬਹੁਤ ਤਾਂ ਪ੍ਰੋਵਾਈਡ ਕਰਾਂ ਜਿੰਨਾ ਕੁ ਹੋ ਸਕੇ ਜਿੰਨਾ ਕੁ ਦੇ ਸਕਾਂ ਕਿਉਂਕਿ ਬੰਬੇ ਰਹਿ ਕੇ ਪੰਜਾਬੀ ਜੋੜਨਾ ਪੰਜਾਬੀ ਨਾਲ ਨਾ ਮੁਮਕਨ ਜੀ ਤੁੜੀ ਕੈਨੇਡਾ ਰਹਿ ਕੇ ਜਾਂ ਇੰਗਲੈਂਡ ਰਹਿ ਕੇ ਤੁਸੀਂ ਫਿਰ ਵੀ ਜੋੜ ਸਕਦੇ ਹੋ ਬੰਬੇ ਰਹਿ ਕੇ ਨਹੀਂ ਨਹੀਂ ਜੋੜ ਸਕਦੇ ਮੈਂ ਸਭ ਤੋਂ ਹਾਸਿਆ ਵਾਲੀ ਗੱਲ ਕਿਉਂਕਿ ਮੈਂ ਉਹਨੂੰ ਲਿਆਂਦਾ ਇੱਥੇ ਆਪਣੀ ਕੋਠੀ ਹੈ ਮੋਹਾਲੀ ਤਾਂ ਉਹਦੇ ਨਾਲ ਨਾਲ ਦੋ ਚਾਰ ਕੋਠੀਆਂ ਵਾਲੇ ਬੰਦੇ ਹੋਰ ਮੈਨੂੰ ਮਿਲੇ ਉਹਨਾਂ ਦੇ ਬੱਚੇ ਬੱਚਿਆਂ ਨਾਲ ਖੇਡਣ ਉਹ ਹਿੰਦੀ ਬੋਲਣ ਅੱਛਾ ਆਪਣੇ ਪੰਜਾਬੀ ਪਕੜੇ ਪੰਜਾਬ ਦੇ ਸੈਂਟਰ ਆਫ ਪੰਜਾਬ ਤੋਂ ਆਏ ਹੋਏ ਉਹ ਮੈਂ ਕਿਹਾ ਕੀ ਗੱਲ ਦੀਵੇ ਥੱਲੇ ਨੇਰਾ ਅੱਜ ਦਾ ਬੰਬੇ ਤੋਂ ਲੈ ਕੇ ਆਏ ਆ ਪੰਜਾਬੀ ਬੁਲਾਉਣ ਲਈ ਨਹੀਂ ਨਹੀਂ ਆਂਦੀ ਪੰਜਾਬੀ ਨਹੀਂ ਬੋਲਣ ਦੀ ਹੁਣੇ ਜੇ ਲੱਖੇ ਦਾ ਇੱਕ ਮੂਵਮੈਂਟ ਉੱਠੀ ਸੀ ਉਹ ਕਿਤੇ ਗਿਆ ਸੀ ਕਿ ਸਕੂਲ ਦੇ ਵਿੱਚ ਪੰਜਾਬੀ ਨਹੀਂ ਬੋਲਣ ਦਿੰਦੇ ਜੁਰਮਾਨਾ ਲਾਉਂਦੇ ਮੈਂ ਕਿਹਾ ਇਹ ਗੱਲਾਂ ਉੱਠਣੀਆਂ ਚਾਹੀਦੀਆਂ ਚਾਹੀਦੀਆਂ ਰੌਲਾ ਪੈਣਾ ਚਾਹੀਦਾ ਰੌਲਾ ਪੈਣਾ ਚਾਹੀਦਾ ਸਾਡੀ ਲੈਂਗੁਏਜ ਹੈ ਯਾਰ ਜੀ ਅਸੀਂ ਆਪਦੀ ਲੈਂਗੁਏਜ ਨੂੰ ਨਹੀਂ ਬਚਾ ਪਾਇਆ ਅਸੀਂ ਆਹ ਗੱਲਾਂ ਕਿੱਥੋਂ ਬਚਾਵਾਂਗੇ ਜਿਹੜੀਆਂ ਦਾ ਤੁਸੀਂ ਜ਼ਿਕਰ ਕੀਤਾ ਇਹ ਸਾਡੀ ਲੈਂਗੁਏਜ ਨਾਲ ਜੁੜੀਆਂ ਹੋਈਆਂ ਨੇ ਚੋਪਲਕ ਬੈਠੇ ਮਤਲਬ ਅਸੀਂ ਗੇਮਾਂ ਦੇ ਨਾਂ ਹੀ ਨਹੀਂ ਸਹੀ ਸ਼ੱਕਰ ਭੱਜੀ ਕਿਸ ਨੂੰ ਕੀ ਦੱਸਾਂਗੇ ਕਿਵੇਂ ਖੇਡੀ ਸੀ ਸੰਭਵ ਨਹੀਂ ਸੰਭਵ ਹੀ ਨਹੀਂ ਔਰ ਆਪ ਦਾ ਆਪਦੀ ਜਿਹੜੀ ਮਾਂ ਬੋਲੀ ਹੁੰਦੀ ਨਾ ਉਹ 'ਚ ਤੁਹਾਡਾ ਕੋਈ ਵੀ ਇਮੋਸ਼ਨ ਸਿਖਰ ਤੇ ਹੁੰਦਾ ਸਿਖਰ ਤੇ ਹੁੰਦਾ ਜਦੋਂ ਅਸੀਂ ਪੂਰਾ ਸਵਾਦ ਲੈ ਕੇ ਬੋਲਦੇ ਹਾਂ ਇਸੇ ਲਈ ਜਦੋਂ ਲੜ ਪੈਂਦਾ ਬੰਦਾ ਕੋਈ ਤੁਹਾਡੇ ਮੇਰੇ ਵਰਗਾ ਉਹ ਇੰਗਲਿਸ਼ ਛੱਡ ਦਿੰਦਾ ਹਿੰਦੀ ਛੱਡ ਦਿੰਦਾ ਪੰਜਾਬੀ 'ਚ ਗਾਲ ਕੱਢਦਾ ਸਿੱਧਾ ਜੀ ਦਾ ਉੱਤੇ ਫਿਰ ਸਵਾਦ ਆਉਂਦਾ ਮੈਨੂੰ ਦਲੀਪ ਸਾਹਿਬ ਨੇ ਕਹੀ ਗੱਲ ਆਂਦੇ ਮੈਂ ਮੁਗਲ ਆਜ਼ਮ ਦੇ ਬਹੁਤ ਸਾਰੇ ਡਾਇਲੌਗ ਇਹ ਪੰਜਾਬੀ ਚ ਬੋਲ ਕੇ ਵੇਂਦਾ ਹੁੰਦਾ ਸੀ ਅੱਛਾ ਦਲੀਪ ਕੁਮਾਰ ਉਰੀ ਕਹਿੰਦੇ ਹਾਂ ਅਸਲ ਫੀਲ ਲੈਣ ਲਈ ਉਸ ਤੋਂ ਬਾਅਦ ਉਹਦੀ ਉਰਦੂ ਜੋ ਵੀ ਡਾਇਲੌਗ ਹੁੰਦਾ ਸੀ ਬੋਲਣਾ ਉਹਨੂੰ ਕਿਵੇਂ ਦੇ ਬੰਦੇ ਸੀ ਐਜ਼ ਅ ਇਨਸਾਨ ਕਲਾਕਾਰ ਸ਼ਾ ਕਮਾਲ ਦੇ ਸੀ 17 ਲੈਂਗੁਏਜ ਜਾਂਦੀ ਸੀ ਦਲੀਪ ਕੁਮਾਰ ਉਰੀ 17 ਲੈਂਗੁਏਜ ਮੇਰੇ ਨਾਲ ਹਮੇਸ਼ਾ ਪੰਜਾਬੀ ਚ ਗੱਲ ਕਰਨੀ ਉਹਨਾਂ ਨੇ ਗੁਜਰਾਤੀ ਬੰਗਾਲੀ ਅਰਬੀ ਪਸ਼ਤੋ ਪਰਸ਼ੀਅਨ ਮਤਲਬ ਜਿਹੜੀ ਮਰਜ਼ੀ ਗੱਲ ਉਹ 17 ਲੈਂਗੁਏਜ ਜਾਂਦੀ ਸੀ ਦੇ ਪਤਾ ਨਹੀਂ ਕਿੰਨੇ ਮੁਸਲਮ ਕੰਟਰੀ ਦੇ ਵਿੱਚ ਨੈਸ਼ਨਲ ਮਹਿਮਾਨ ਸੀ ਉਹ ਕਦੋਂ ਵੀ ਚਲੇ ਜਾਣ ਠੀਕ ਹੈ ਜੀ ਬਾ ਕਮਾਲ ਔਰ ਦੁਨੀਆ ਦਾ ਲਿਟਰੇਚਰ ਪੜਿਆ ਹੋਇਆ ਸੀ ਛ ਪੜਦੇ ਸੀ ਬਹੁਤ ਜ਼ਿਆਦਾ ਦੁਨੀਆ ਦਾ ਲਿਟਰੇਚਰ ਪੜਿਆ ਹੋਇਆ ਸੀ ਤੁਸੀਂ ਉਹਨਾਂ ਨਾਲ ਗੱਲ ਤਾਂ ਕਰੋ ਕਿਸੇ ਉੱਤੇ ਬ੍ਰੈਖਟ ਦੇ ਉੱਤੇ ਗੱਲ ਕਰ ਲਓ ਥੀਟਰ ਨਾਲ ਜੋੜ ਕੇ ਤੁਸੀਂ ਬੋਪਾਸਾ ਦੀ ਗੱਲ ਕਰ ਲਓ ਗੋਰਖੀ ਬਾਰੇ ਗੱਲ ਕਰ ਲਓ ਕਿਸੇ ਲਿਟਰੇਚਰ ਦੇ ਕਿਸੇ ਬੰਦੇ ਬਾਰੇ ਗੱਲ ਕਰ ਲਓ ਤਾਂ ਹੀ ਇਹੋ ਜੇ ਲੋਕਾਂ ਨੂੰ ਵੇਖ ਕੇ ਤੁਹਾਨੂੰ ਨਾਜ਼ ਹੁੰਦਾ ਹੈ ਕਿ ਮੈਂ ਉਸ ਫਿਲਮ ਇੰਡਸਟਰੀ ਜਾਂ ਜੀ ਨੂੰ ਅਮਿਤਾ ਬਚਨ ਦਲੀਪ ਕੁਮਾਰ ਨਸੀਰਉਦੀਨ ਸ਼ਾ ਜਾਂ ਐਫ ਜੇ ਲੋਕ ਨੇ ਜਿਹੜੇ ਜੀ ਉਸ ਇੰਡਸਟਰੀ ਨੂੰ ਬਿਲੋਂਗ ਕਰਦੇ ਸੀ ਨਾ ਕਿ ਦੂਜੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਪਤਾ ਹੀ ਕੱਖ ਨਹੀਂ ਚੱਲਣਾ ਇੱਕ ਹੋਰ ਗੱਲ ਹੁੰਦੀ ਹੈ ਉਹ ਤਾਂ ਹਾਂ ਜੀ ਪਤਾ ਉਹ ਉੱਪਰ ਵਾਲੀ ਦੀ ਉਹ ਤਾਂ ਜਦੋਂ ਅੱਲਾ ਮਿਹਰਬਾਨ ਤਾਂ ਗਦਾ ਪਹਿਲਵਾਨ ਜੀ ਗਧਿਆਂ ਨੇ ਪਹਿਲਵਾਨ ਤਾਂ ਬੰਨੈ ਹੀ ਬੰਨਣਾ ਹੈ ਠੀਕ ਕਿਉਂਕਿ ਉੱਪਰ ਵਾਲਾ ਮਿਹਰਬਾਨ ਹੁੰਦਾ ਔਰ ਉਹਦੇ ਵੀ ਰੀਜ਼ਨ ਹੁੰਦੇ ਨੇ ਉਹਨੂੰ ਛੱਡ ਦਿਓ ਹਮ ਹਮ ਪਰ ਉਸ ਕੰਮ ਦੇ ਮਾਹਿਰ ਹੋਣਾ ਜੀ ਔਰ ਆਪ ਦੀ ਦੁਨੀਆ ਦੀ ਕੋਈ ਵੀ ਗੱਲ ਤੁਹਾਡੇ ਨਾਲ ਡਿਸਕਸ ਕੀਤੀ ਜਾ ਸਕੇ ਅਸੀਂ ਸਪੋਰਟਸ ਬੜਾ ਡਿਸਕਸ ਕਰਦੇ ਸੀ ਜਦੀਪ ਕੁਮਾਰ ਹੋਰਾਨਾ ਹਾਂ ਫੁੱਟਬਾਲ ਚ ਕੌਣ ਕਿਹੜੀ ਟੀਮ ਹੈ ਔਰ ਕਿਉਂ ਵਧੀਆ ਹੈ ਟੀਮ ਚਾਹੇ ক্রিকেট ਹੋਵੇ ਹਾਕੀ ਹੋਵੇ ਐਨੀ ਗੇਮ ਐਨੀ ਲਿਟਰੇਚਰਲ ਵਾਲੀ ਕੋਈ ਨਵੀਂ ਮੂਵਮੈਂਟ ਹੋਈ ਹੈ ਉਹਦੇ ਬਾਰੇ ਗੱਲ ਕਰਨੀ ਕੋਈ ਨਵੀਂ ਬੁੱਕ ਲਿਖੀ ਗਈ ਹੈ ਉਹਦੇ ਬਾਰੇ ਗੱਲ ਕਰਨੀ ਫਿਲਮਜ਼ ਬਾਰੇ ਕਰਨੀ ਸਵਾਦ ਆ ਜਾਂਦਾ ਸੀ ਇੱਡੇ ਵੱਡੇ ਕਲਾਕਾਰ ਜਦੋਂ ਇਸ ਰਤਬੇ ਤੇ ਪਹੁੰਚ ਜਾਂਦੇ ਆ ਉਹਨਾਂ ਨੂੰ ਆਮ ਲੋਕਾਂ ਦੇ ਨਾਲ ਜੇ ਕੋਈ ਘਟਨਾ ਵਾਪਰਦੀ ਸੀ ਕਿਤੇ ਕੋਈ ਤਬਦੀਲੀ ਹੁੰਦੀ ਸੀ ਨਾ ਪੱਖੀ ਤਾਂ ਇਦਾਂ ਦੇ ਬੰਦੇ ਚਿੰਤਤ ਹੁੰਦੇ ਕਦੀ ਬਹੁਤ ਜ਼ਿਆਦਾ ਜਦੋਂ ਆ ਬਾਬਰੀ ਮਸਜਿਦ ਉੱਥੇ ਉਹ ਕਿੱਸਾ ਹੋਇਆ ਪੂਰਾ ਤਾਂ ਮੁਸਲਿਮਜ਼ ਵੱਲੋਂ ਬਹੁਤ ਸਾਰੇ ਲੋਕ ਜਦੋਂ ਪੀੜਤ ਹੋ ਰਹੇ ਸੀ ਬੰਬੇ ਦੇ ਵਿੱਚ ਰਾਈਟਸ 6 ਦਸੰਬਰ ਤੋਂ ਨਹੀਂ ਹੋਏ ਸੀ 6 ਜਨਵਰੀ ਤੋਂ ਹੋਏ ਸੀ ਬੜੇ ਵੈਲ ਪਲਾਨਡ ਹੋ ਗਿਆ 1 ਮਹੀਨਾ ਬਾਅਦ 1 ਮਹੀਨਾ ਬਾਅਦ ਔਰ ਮੈਂ ਬਹੁਤ ਸਾਰੇ ਲੋਕਾਂ ਨੂੰ ਆਪ ਦੇ ਘਰਬਾਰ ਚ ਜਿਹੜੇ ਨਿਕਲੇ ਹੋਏ ਸੀ ਇਹਨਾਂ ਕੋਲੇ ਆ ਕੇ ਰੋਂਦਿਆਂ ਵੇਖਿਆ ਸੀ ਜਲীপ ਕੁਮਾਰ ਹੋਰਾਂ ਕੋ ਯੈਸ ਔਰ ਇਹਨਾਂ ਨੇ ਉਹਨਾਂ ਦੀ ਸਹਾਇਤਾ ਖੁੱਲ੍ਹ ਕੇ ਕੀਤੀ ਸੀ ਜਦ ਕਿ ਇੱਕ ਧਿਰ ਬਣ ਕੇ ਖੜ ਗਏ ਸੀ ਉਹਨਾਂ ਦੀ ਦੂਜੇ ਪਾਸੇ ਬਾਲ ਠਾਕਰੇ ਉਹ ਰਹੀ ਸੀ ਜੀ ਜਦ ਕਿ ਮਿਸਟਰ ਬਾਲਾ ਸਾਹਿਬ ਠਾਕਰੇ ਇਹਨਾਂ ਦੇ ਦੋਸਤ ਰਹੇ ਨੇ ਪਹਿਲਾਂ ਠੀਕ ਹੈ ਜੀ ਮੈਂ ਇੱਕ ਦਿਨ ਮੈਂ ਕਦੇ ਨਹੀਂ ਭੁੱਲ ਸਕਦਾ ਕਿਉਂਕਿ ਮੈਂ ਉਹਦਾ ਆਪਦੇ ਸੀਨ ਦੇ ਵਿੱਚ ਇਸਤੇਮਾਲ ਕੀਤਾ ਹਵਾਇਂ ਫਿਲਮ ਦੇ ਵਿੱਚ ਠੀਕ ਹੈ ਜੀ ਮੈਂ ਇਹਨਾਂ ਕੋਲੇ ਬੈਠਾ ਤੇ ਇੱਕ ਬੰਦਾ ਆਇਆ ਉਨੇ ਆਪ ਦਾ ਰੋਣਾ ਰੋਇਆ ਉਹ ਚਲਿਆ ਗਿਆ ਕਿ ਜੀ ਮੇਰੇ ਬੱਚੇ ਕਿੱਥੇ ਨੇ ਮੇਰੀ بیوی ਕਿੱਥੇ ਹੈ ਮੈਨੂੰ ਨਹੀਂ ਪਤਾ ਅਸਾ ਪਤਾ ਹੀ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਉਹਨਾਂ ਨੂੰ ਔਰ ਉਹਾਂ ਦੇ ਲਈ ਤੁਸੀਂ ਪੁਲਿਸ ਨੂੰ ਰੋਕੋ ਪੁਲਿਸ ਆ ਕੇ ਸਾਥੋਂ ਹਥਿਆਰ ਲੈ ਲਿੰਦੀ ਹੈ ਬਾਅਦ ਸਾਡੇ ਤੇ ਹਮਲਾ ਹੋ ਜਾਂਦਾ ਹੈ ਤਾਂ ਤੁਸੀਂ ਇਹਨੂੰ ਰੋਕ ਦਿਓ ਐਜੀਆਂ ਗੱਲਾਂ ਹੋ ਰਹੀਆਂ ਸੀ ਮੈਨੂੰ ਉਹ ਚਲੇ ਗਏ ਦਲੀਪ ਸਾਹਿਬ ਬੈਠੇ ਮੈਨੂੰ ਆਂਦੇ ਆਂ ਵੀ ਤੋਚ ਮੈਂ ਮੁਸਲਮਾਨ ਨਹੀਂ ਸੀ ਯਾਰ ਮੈਨੂੰ ਇੰਨਾ ਦੰਗਿਆਂ ਨੇ ਇਸ ਕਤਲੇਆਮ ਨੇ ਮੁਸਲਮਾਨ ਬਣਾਤਾ ਹੂੰ ਆ ਗੱਲ ਕਹੀ ਉਹਨਾਂ ਨੇ ਮੈਨੂੰ ਮੇਰੀ ਇੱਕ ਫਿਲਮ ਹਵਾਇਂ ਚ ਇੱਕ ਥਾਂ ਤੇ ਇਹਦੇ ਪਰਿਵਾਰ ਨੂੰ ਸਾਡੇ ਮੇਨ ਹੀਰੋ ਦੇ ਨੂੰ ਪਰਿਵਾਰ ਨੂੰ ਮਾਰ ਜਾਂਦੇ ਆ ਇਹਦੇ ਸਰਦਾਰ ਨੇ ਇਹਦਾ ਫਾਦਰ ਸਰਦਾਰ ਹੁੰਦੇ ਸੀ ਤਾਂ ਉੱਥੇ ਆ ਕੇ ਕੁਝ ਬੰਦੇ ਆਂਦੇ ਆ ਕਿ ਯਾਰ ਸਾਰੀ ਮਾਰ ਤੇ ਕੋਈ ਵੀ ਨਹੀਂ ਬਚਿਆ ਤਾਂ ਇਹ ਆਪਦੇ ਪਿਓ ਦੀ ਪੱਗ ਚੱਕ ਕੇ ਆਪਦੇ ਸਿਰ ਤੇ ਲਪੇਟ ਲੈਂਦਾ ਹਾਂ ਦਾ ਮੈਂ ਹੈਗਾ ਮੈਂ ਹੈਗਾ ਉਸੀ ਜਦੋਂ ਕਿਸੇ ਨੂੰ ਪੁਸ਼ ਕਰਦੇ ਹਾਂ ਇਹ ਗੱਲ ਮੈਂ ਉੱਥੋਂ ਲਈ ਸੀ ਉੱਥੋਂ ਲਈ ਸੀ ਜਦੋਂ ਦਲੀਪ ਸਾਹਿਬ ਆਂਦੇ ਸੀ ਆਂਦੇ ਮੈਂ ਮੁਸਲਮਾਨ ਨਹੀਂ ਸੀ ਮੈਨੂੰ ਮੁਸਲਮਾਨ ਬਣਾਤਾ ਹੂੰ ਜਿਵੇਂ ਅੱਜ ਗਾਜ਼ਾ 'ਚ ਹੋ ਰਿਹਾ ਜੋ ਕੁਝ ਤੁਸੀਂ ਮੈਨੂੰ ਦੱਸੋ ਕ੍ਰਿਕਟ ਤਾਂ ਪਹਿਲਾਂ ਵੀ ਹੁੰਦੀ ਸੀ ਕਿਤੇ ਤੁਸੀਂ ਮੋਇਨ ਅਲੀ ਵਰਗੇ ਹਾਸ਼ਮ ਆਲਮ ਆਮਲਾ ਵਰਗੇ ਪਲੇਅਰ ਵੀ ਕਿਸੇ ਜਿੰਨਾਂ ਦੇ ਦਾੜੀ ਹੋਵੇ ਇੱਥੋਂ ਤੱਕ ਉੱਤੋਂ ਮੁੱਛਾ ਸ਼ੇਵ ਕੀਤੀਆਂ ਹੋਣ ਜਾਂ ਕੈਂਚੀ ਨਾਲ ਕੱਟੀਆਂ ਹੋਣ ਉਹ ਆਪ ਦਾ ਉਹ ਪਹਿਰਾਵਾ ਜਦੋਂ ਤੁਹਾਨੂੰ ਦੱਬਿਆ ਜਾਂਦਾ ਨਾ ਕਿ ਖਬਰਦਾਰ ਤੁਸੀਂ ਆਏ ਨਜ਼ਰ ਆਇਤਾ ਤਾਂ ਬੰਦਾ ਜਾਨ ਬੁਝ ਕੇ ਨਜ਼ਰ ਆਉਂਦਾ ਹੈ ਕਿ ਲੈ ਯਾਰ ਮੈਂ ਹੁਣ ਆਇਆ ਤੁਸੀਂ ਇੱਥੇ ਕਹਿ ਦਿਓ ਕੱਲ ਨੂੰ ਫਰਮਾਨ ਜਾਰੀ ਕਰ ਦਿਓ ਖਬਰਦਾਰ ਕਿਸੇ ਨੇ ਪੱਗ ਬੰਨੀ ਤਾਂ ਸਾਰੇ ਪੱਗਾਂ ਚ ਨਜ਼ਰ ਆਉਂ ਚ ਨਜ਼ਰ ਇਹ ਇਨਸਾਨੀ ਫਿਤਰਤ ਹੈ ਫਿਤਰਤ ਹੈ ਠੀਕ ਹੈ ਜੀ ਬਿਲਕੁਲ ਠੀਕ ਹੈ ਐਵੇਂ ਜੇ ਬੰਦਿਆਂ ਨਾਲ ਜਦ ਤੁਸੀਂ ਬਹਿਨੀ ਹੋ ਨਾ ਬਹੁਤ ਕੁਝ ਸਿੱਖਦੇ ਹੋ ਉਹ ਪੁਰਾਣਾ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਸਿਨੇਮਾ ਕਿਵੇਂ ਗਰੋ ਕੀਤਾ ਸਿਨੇਮੇ ਦੀ ਐਸੋਸੀਏਸ਼ਨ ਵਿਦ ਪੋਲਿਟਿਕਸ ਹਮ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਲੱਗੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਕਿਉਂ ਬਨ ਰਹੇ ਹੋ? ਦਲੀਪ ਘਰੋ ਰਹਨ। ਹਾਂ ਜੀ। ਤੁਹਾਡਾ ਰੁਤਬਾ ਬਹੁਤ ਵੱਡਾ ਹੈ ਰਾਜ ਸਭਾ ਦੇ ਮੈਂਬਰ ਨਾਲੋਂ ਵੀ। ਆnde ਮੈਨੂੰ ਪਤਾ ਹੈ ਮੈਨੂੰ ਤਾਂ ਪਹਿਲੇ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੇ ਸੀ। ਉਹਨਾਂ ਨਾਲ ਉਹਨਾਂ ਦੇ ਬਹੁਤ ਤਾਲੁਕਾਤ ਸੀ ਨਿੱਜੀ ਤਾਲੁਕਾਤ। ਪਰ ਮੈਂ ਹੁਣ ਇਸ ਲਈ ਬਨ ਰਿਹਾ ਕਿ ਮੈਂ ਇੱਕ ਕਮਿਊਨਿਟੀ ਨੂੰ ਔਰ ਦੇਸ਼ ਦੇ ਕੁਝ ਸ਼ਰੀਫ ਲੋਕਾਂ ਨੂੰ ਇਹ ਮੈਸੇਜ ਦੇ ਸਕਾਂ ਕਿ ਮੈਂ ਐਸ ਪਾਰਟੀ ਵੱਲੋਂ ਬਨ ਰਿਹਾ ਅੱਜ ਦੀ ਡੇਟ 'ਚ ਇਹਨੂੰ ਜਤਾਉਣਾ ਜ਼ਰੂਰੀ ਹੈ। ਜਦੋਂ ਬਣੇ ਸੀ ਉਹਨਾਂ ਦਾ ਇੱਕ ਆਪ ਦਾ ਨਜ਼ਰੀਆ ਸੀ ਤਾਂ ਉਹ ਨਜ਼ਰੀਆ ਕਿਉਂ ਬਣਿਆ ਉਹ ਕਿਵੇਂ ਰਿਐਕਟ ਕਰਦੇ ਆ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨਾਲ ਸੰਗਤ ਕਰਦੇ ਹੋ ਜੀ ਤਾਂ ਤੁਹਾਨੂੰ ਸਿੱਖਣ ਦਾ ਮੌਕਾ ਬਹੁਤ ਮਿਲਦਾ ਹਮੇਤੋ ਜੀ ਭਾਜੀ ਕਿਸੇ ਦਿਨ ਫੇਰ ਵੀ ਆਪਾਂ ਜੁੜ ਕੇ ਬੈਠਾਂਗੇ ਕਿਉਂਕਿ ਕਈ ਵਾਰੀ ਗੱਲਾਂ ਛੋਟੀਆਂ ਲੱਗਦੀਆਂ ਹੁੰਦੀਆਂ ਪਰ ਉਹਨਾਂ ਦੇ ਅਸਰ ਵੱਡੇ ਹੁੰਦੇ ਆ ਤੇ ਮੈਂ ਉਮੀਦ ਕਰਦਾ ਕਿ ਚਾਹੇ ਜੂਝਦਾ ਪੰਜਾਬ ਦੇ ਬੈਨਰ ਹੇਠ ਜਾਂ ਚਿਸ ਵੀ ਮਸਲੇ ਦੇ ਨਾਲ ਸਬੰਧਤ ਹੋ ਕੇ ਤੁਸੀਂ ਅੱਗੇ ਨੂੰ ਤੁਰਦੇ ਹੋ ਨਤੀਜੇ ਛੇਤੀ ਨਹੀਂ ਇਕੜਾ ਚੋਨਾ ਚੌਵੀ ਨਹੀਂ ਪੱਕ ਜਵੇ ਅਸਲ ਕੀ ਹੈ ਨਾ ਸਾਨੂੰ ਲੱਗੇ ਰਹਿਣਾ ਪੈਣਾ ਹੈ ਲੱਗੇ ਰਹਿਣਾ ਪੈਣਾ ਉਹਨੂੰ ਜਿਵੇਂ ਤੁਸੀਂ ਹਰ ਰੋਜ਼ ਬੋਲਦੇ ਹੋ ਅਸੀਂ ਵੀ ਲੱਗੇ ਰਹਿਨੇ ਆ ਜਿੱਥੇ ਕੋਈ ਮੂਵਮੈਂਟ ਹੋਵੇ ਜਿੱਥੇ ਕੋਈ ਗੱਲ ਹੋਵੇ ਜਿੱਥੇ ਕੋਈ ਮੁੱਦੇ ਦੀ ਗੱਲ ਹੋਵੇ ਉੱਥੇ ਤੁਸੀਂ ਬੋਲੋ ਜਾ ਜਾ ਕੇ ਕਿਉਂਕਿ ਜਿਹੜੀ ਸੋਸਾਇਟੀ ਹੁੰਦੀ ਹੈ ਨਾ ਸਮਾਜ ਹੁੰਦਾ ਉਹ ਇੰਨੀ ਛੇਤੀ ਨਹੀਂ ਬਦਲਦਾ ਬਹੁਤ ਹੌਲੀ-ਹੌਲੀ ਬਦਲਦਾ ਹੈ ਉਸ ਹੌਲੀ-ਹੌਲੀ ਦੇ ਵਿੱਚ ਤੁਸੀਂ ਆਪਦੇ ਵੱਲੋਂ ਕੰਟ੍ਰਿਬਿਊਟ ਕਰਦੇ ਰਹੋ ਜੀ ਕਿ ਨਹੀਂ ਯਾਰ ਆ ਮੁੱਦੇ ਜ਼ਰੂਰੀ ਨੇ ਇੰਨਾ ਤੇ ਡਿਸਕਸ਼ਨ ਜ਼ਰੂਰੀ ਬਹੁਤ ਲੋਕ ਕਹਿੰਦੇ ਨੇ ਸਿਆਸਤ ਚ ਦਖਲ ਕਿਉਂ ਦੇ ਰਹੇ ਹੋ ਉਹ ਸਿਆਸਤ ਹੀ ਤਾਂ ਹੈ ਜੋ ਦੁਨੀਆ ਨੂੰ ਬਦਲਦੀ ਹੈ ਫੈਸਲਾ ਉਹਨੇ ਕਰਨਾ ਹੀ ਫੈਸਲਾ ਉਹਨੇ ਕਰਨਾ ਹੁਕਮਰਾਨ ਉਹਨੇ ਦੇਣੀ ਹੈ ਜੀ ਤੇ ਜੇ ਅਸੀਂ ਉਹਨੂੰ ਪ੍ਰਭਾਵਿਤ ਨਹੀਂ ਕਰਾਂਗੇ ਕਿ ਸਿਆਸਤਦਾਨ ਜੋ ਵੀ ਬਣੇ ਜੋ ਵੀ ਪਾਰਟੀ ਹਕੂਮਤ ਚਾਵੇ ਉਹ ਇਹਨਾਂ ਮੁੱਦਿਆਂ ਦੀ ਗੱਲ ਕਰੇ ਜੀ ਬਸ ਮੁੱਦੇ ਉਹੀ ਰਹਿਣੇ ਚਾਹੀਦੇ ਆ ਸਿਆਸਤਦਾਨ ਬਦਲੀ ਜਾਣ ਸਾਨੂੰ ਬਦਲੀ ਜਾਣ ਸਾਨੂੰ ਕੋਈ ਮਸਲਾ ਨਹੀਂ ਮਰਜ਼ੀ ਜਿੱਤੇ ਮੁੱਦਿਆਂ ਤੇ ਸਿਆਸਤਦਾਨ ਹੋਵੇ ਸਿਆਸਤ ਮੁੱਦਿਆਂ ਤੇ ਹੋਵੇ ਹਮ ਹਮ ਸਿਆਸਤ ਕਿਸੇ ਹੋਰ ਗੱਲ ਤੇ ਨਾ ਹੋਵੇ ਜਾਤਾਂ ਤੇ ਨਾ ਹੋਵੇ ਧਰਮ ਤੇ ਨਾ ਹੋਵੇ ਪਾਰਟੀਆਂ ਬਦਲਣ ਤੇ ਨਾ ਹੋਵੇ ਮੁੱਦਿਆਂ ਤੇ ਹੋਵੇ ਮੁੱਦਿਆਂ ਤੇ ਹੋਵੇ ਐਜੂਕੇਸ਼ਨ ਅਸੀਂ ਕਿਵੇਂ ਬੈਟਰ ਕਰਾਂਗੇ ਜੀ ਮੈਡੀਕਲ ਅਸੀਂ ਕਿਵੇਂ ਬੈਟਰ ਕਰਾਂਗੇ ਹਮ ਹਮ ਇਨਾਂ ਦੀ ਜਿਹੜੀ ਰੋਜ਼ਮਰਰਾ ਦੀ ਇਨਕਮ ਨੂੰ ਵਧਾਵਾਂਗੇ ਕਿਵੇਂ ਬਿਲਕੁਲ ਖਰੀਦ ਸ਼ਕਤੀ ਵਧਾਉਣੀ ਹੈ ਇਹ ਗੱਲ ਹੈ ਅੱਜ এনवायरमेंट ਦੇ ਲੈਵਲ ਤੇ ਕੀ ਹੋ ਰਿਹਾ ਦੁਨੀਆ ਤਬਾਹੀ ਵੱਲ ਜਾ ਰਹੀ ਹੈ ਹੁਣ ਤਾਂ ਸਿਆਸਤ ਦਾ ਫਰਜ਼ ਬਣਦਾ ਹੈ ਕਿ ਇਸ ਮੁੱਦੇ ਤੇ ਗੱਲ ਕਰੇ ਬਿਲਕੁਲ ਠੀਕ ਹੈ ਜੀ ਹਮ ਤੋਜਪਾ ਜੀ ਤੁਸੀਂ ਜੁੜੇ ਤੁਹਾਡਾ ਬਹੁਤ ਧੰਨਵਾਦ ਫਿਰ ਕਿਸੇ ਦਿਨ ਫਿਰ ਐਦੀ ਟਕਰਾਂਗੇ ਨਹੀਂ ਠੀਕ ਹੈ ਟੱਕਰ ਦੇ ਰਹੇ ਹੋ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸੋ ਹਮ ਤੋਜਮਾਨ ਹੋ ਰਹਾਂ ਦੇ ਨਾਲ ਗੱਲਾਂ ਬਾਤਾਂ ਚੱਲੀਆਂ ਦਲੀਪ ਕੁਮਾਰ ਹੋਰਾਂ ਤੱਕ ਗੱਲ ਚਲੇਗੀ ਤੁਸੀਂ ਇਹ ਦੇਖੋ ਕਿ ਜਦੋਂ ਇੱਕ ਮੈਂ ਕਿਹਾ ਸੀ ਨਾ ਕਿ ਅੱਜ ਵਿਸ਼ਾ ਨਹੀਂ ਕੋ ਰੱਖਿਆ ਤੁਸੀਂ ਇਹ ਦੇਖੋ ਕਿ ਪਿੰਡ ਦੇ ਵਿੱਚ ਬਣੀ ਖਿੱਦੋਂ ਤੋਂ ਲੈ ਕੇ ਜਦੋਂ ਫਿਲਮ ਇੰਡਸਟਰੀ ਤੱਕ ਦਲੀਪ ਕੁਮਾਰ ਹੋਰਾਂ ਤੱਕ ਗੱਲ ਚਲੇਗੀ ਤਾਂ ਇਹਦਾ ਮਤਲਬ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਟੱਚ ਕਰਨਾ ਚਾਹੁੰਦੇ ਜਿਨ੍ਹਾਂ ਨੂੰ ਸ਼ੋਨਾ ਚਾਹੁੰਦੇ ਆ ਤੇ ਉਹਨਾਂ ਨੂੰ ਟੱਚ ਕਰਨਾ ਜ਼ਰੂਰੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਹਰ ਚੀਜ਼ ਤੋਂ ਕੁਝ ਸਿੱਖੋ ਅਗਲੇ ਦੀ ਗੱਲ ਸੁਣਨ ਦੀ ਸਮਰੱਥਾ ਆਪਣੇ ਅੰਦਰ ਪੈਦਾ ਕਰੋ ਹਰ ਪੰਜਾਬੀ ਆਪਣੇ ਘੜੇ ਦਾ ਢੱਕਣ ਉੱਪਰੋਂ ਖੋਲੇ ਉੱਪਰ ਕੱਪੜਾ ਬੰਨ ਕੇ ਨਾ ਰੱਖ ਲਵੇ ਕਿ ਮੈਂ ਇਹਦੇ ਵਿੱਚ ਕੁਝ ਪੈਣ ਨਹੀਂ ਦੇਣਾ ਨਾ ਬਾਹਰ ਨਿਕਲਣ ਦੇਣਾ ਅਸੀਂ ਥੋੜੀ ਜੀ ਲਚਕੀਲਾਪਣ ਰੱਖੀਏ ਫਲੈਕਸੀਬਿਲਿਟੀ ਰੱਖੀਏ ਇਹ ਸਾਡੀ ਅੱਜ ਸਮੇਂ ਦੀ ਲੋੜ ਹੈ ਜੇ ਅਸੀਂ ਆਪਣਾ ਆਪ ਜਿਹੜਾ ਉਹ ਬਚਾ ਕੇ ਰੱਖਣਾ ਤੁਹਾਡਾ ਕੋਈ ਵੀ ਸੁਝਾਅ ਹੋਵੇ ਕੋਈ ਵੀ ਟਿੱਪਣੀ ਹੋਵੇ ਸਹਿਮਤੀ ਹੋਵੇ ਅਸਹਿਮਤੀ ਹੋਵੇ ਚੰਗੀ ਪੰਜਾਬੀ ਭਾਸ਼ਾ ਜਿਹਨੂੰ ਤੁਸੀਂ ਘਰ ਬੈਠ ਕੇ ਪੜ੍ਹ ਸੁਣ ਸਕੋ ਐਨ ਖੁੱਲੇ ਮਨ ਦੇ ਨਾਲ ਟਿੱਪਣੀ ਕਰ ਦਿਓ ਜੇ ਪ੍ਰੋਗਰਾਮ ਠੀਕ ਲੱਗੇ ਲਾਈਕ ਸ਼ੇਅਰ ਕਰ ਦੇਣਾ ਮੈਨੂੰ ਪਰਵੀਰ ਸਿੰਘ ਬਾਠੂ ਇੱਥੇ ਦਿਓ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ